ਮੇਰੇ ਨਾਲ ਜੁੜ ਚੁੱਕੇ ਆ ਹਰਿੰਦਰ ਸਿੰਘ ਲੁਧਿਆਣੇ ਤੋਂ ਤੇ ਮੈਂ ਅਮਰਜੋਤ ਸਿੰਘ ਬੋਲਿਆ ਐਡਮਿੰਟਨ। ਅੱਜ ਮੈਂ ਗੱਲ ਕਰਨੀ ਹੈ ਮੈਰਿਜ ਫਰੋਡ, ਸਪਾਊਸ ਵੀਜ਼ਾ ਫਰੋਡ ਦੇ ਬਾਰੇ। ਹਰਵਿੰਦਰ ਸਿੰਘ, ਹਾਓ ਆਰ ਯੂ, ਕਿਸ ਤਰ੍ਹਾਂ ਚੱਲ ਰਿਹਾ? ਵੈਰੀ ਫਾਈਨ ਸਰ, ਸਤਿ ਸ੍ਰੀ ਅਕਾਲ, ਤੁਸੀਂ ਸੁਣਾਓ ਕੀ ਚੱਲ ਰਿਹਾ? ਮੈਂ ਤੇ ਇੱਕ ਵੀਡੀਓ ਦੇਖੀ ਸੀ ਜੋ ਲੇਟੈਸਟ ਕਿਸੇ ਨੇ ਮੈਨੂੰ ਭੇਜੀ ਹੈ, ਡੇਲੀ ਪੋਸਟ ਚੈਨਲ ਤੇ ਕਿਸੇ ਨੇ ਅਪਲੋਡ ਕੀਤੀ ਹੈ। ਸੋ ਉੱਥੋਂ ਮੈਂ ਇੱਕ ਕੇਸ ਦੇ ਬਾਰੇ ਤੁਹਾਡੇ ਨਾਲ ਵੀ ਸ਼ੇਅਰ ਕੀਤਾ ਸੀ ਕਿ ਕਿਸ ਤਰ੍ਹਾਂ ਇੱਕ ਸਟੂਡੈਂਟ ਆਈ ਕੈਨੇਡਾ ਤੋਂ ਤੇ ਉਹਨਾਂ ਨੇ ਵਿਆਹ ਕੀਤਾ ਤੇ ਅਗਲੇ ਨੇ ਮੇਰੇ ਖਿਆਲ 20-25 ਲੱਖ ਰੁਪਏ ਖਰਚਾ ਕਰਕੇ ਉਹ ਪੜ੍ਹਾਈ ਦਾ ਖਰਚਾ ਚੱਲਿਆ, ਉਹਨਾਂ ਨੇ ਫਿਰ ਉੱਥੇ ਭੇਜ ਕਰ ਉਹ ਫਿਰ ਡਿਵੋਰਸ ਹੋ ਕੇ ਕਿਤੇ ਹੋਰ ਚੱਲ ਗਏ, ਉਹਨਾਂ ਨੂੰ ਮਤਲਬ ਫਰੋਡ ਹੋ ਗਿਆ। ਦੇਖੀ ਤੁਸੀਂ ਉਹ ਵੀਡੀਓ? ਹਾਂਜੀ ਸਰ, ਮੈਂ ਇਹ ਵੀਡੀਓ ਦੇਖੀ ਸੀ, ਬਟ ਦ ਸਟੋਰੀ ਇਜ਼ ਸਮਥਿੰਗ ਡਿਫਰੈਂਟ। ਇਹਦੇ ਵਿੱਚ ਜਿੱਥੇ ਤੱਕ ਮੈਂ ਸੋਚ ਰਿਹਾ, ਜਿੱਥੇ ਤੱਕ ਮੈਨੂੰ ਪਤਾ ਚੱਲ ਰਿਹਾ ਵੀਡੀਓ ਦੇਖ ਕੇ, ਕਿਤੇ ਇਹ ਪਤਾ ਚੱਲ ਰਿਹਾ ਕਿ ਉਹ ਲੜਕੀ ਕਿੱਧਰੋਂ ਕੈਨੇਡਾ ਤੋਂ ਹੀ PR ਹੋ ਕੇ ਆਈ ਸੀ, ਐਂਡ ਉਹਨਾਂ ਦਾ ਮੋਡਸ ਓਪਰੈਂਡੀ ਇਹ ਸੀ ਕਿ ਉਹ ਆਪਣੇ ਇਨਲੋਜ ਨੂੰ, ਜਿਹਨਾਂ ਨਾਲ ਉਹ ਮੈਰਿਜ ਕਰੇਗੀ, ਆਪਣੇ ਇਨਲੋਜ ਨੂੰ ਫੀਸ ਦੇ ਬਹਾਨੇ ਜਿਹੜੇ ਆ ਆਪਣੇ ਪੈਸੇ ਲੈ ਕੇ ਉਹਨਾਂ ਨੂੰ ਚੀਟ ਕਰੇਗੀ, ਐਂਡ ਫਾਈਨਲੀ ਜਦੋਂ ਇਸ ਚੀਜ਼ ਦਾ ਉਹਨਾਂ ਨੂੰ ਖੁਲਾਸਾ ਹੋ ਜਾਏਗਾ ਤੇ ਫਿਰ ਉਹ ਆਪਣਾ ਇਹਨਾਂ ਨੂੰ ਛੋੜ ਕੇ ਤੇ ਕਿਤੇ ਹੋਰ ਮੈਰਿਜ ਕਰ ਲੇਗੀ। ਜੋ ਮੈਨੂੰ ਫਸਟ ਸੀਨ ਦੇਖਣ ਤੋਂ ਇਹ ਪਤਾ ਚੱਲ ਰਿਹਾ ਹੈ, ਦਿਸ ਇਜ਼ ਵਾਟ ਆਈ ਹੈਵ ਅਬਜ਼ਰਵਡ। ਇੱਕ ਐਕਚੁਅਲੀ ਮੈਂ ਕਈ ਵਾਰ ਪੁਰਾਣੇ ਵੀਡੀਓ 'ਚ ਵੀ ਮੈਂ ਇੱਕ ਸ਼ੇਅਰ ਕੀਤੀ ਇਨਫੋਰਮੇਸ਼ਨ ਕਿ ਜਿੰਨੇ ਵੀ ਮੈਰਿਜ ਕੇਸਿਸ ਹੈ ਨਾ ਕੈਨੇਡਾ ਲਈ, ਮੈਰਿਜ ਕੇਸਿਸ ਮਤਲਬ ਜਿਹੜੇ ਸਪੋਂਸਰਸ਼ਿਪ ਹੋ ਰਹੇ ਕੈਨੇਡੀਅਨ ਜਾਂ PR ਹਸਬੈਂਡ ਤੋਂ ਵਾਈਫ ਜਾਂ ਵਾਈਸ ਵਰਸਾ ਜਿਹੜੇ ਸਪੋਂਸਰ ਹੋ ਰਹੇ, ਇੱਕ ਤੇ ਉਸ ਤਰ੍ਹਾਂ ਦੇ ਕੇਸਿਸ ਤੇ ਦੂਸਰਾ ਈਵਨ ਆਲਸੋ ਸਪਾਊਸ ਕੇਸਿਸ ਜਿਹੜੇ ਅੱਜ ਕੱਲ੍ਹ ਸਟੂਡੈਂਟ ਵਾਲਾ ਵਰਕ ਪਰਮਿਟ ਵਾਲਾ ਦੇ ਬੇਸ ਤੇ ਜਾ ਰਹੇ। 2013 ਦੀ ਇੱਕ ਰਿਪੋਰਟ ਆਈ ਹੈ CBSA ਤੋਂ, CBSA ਜਿਹੜੀ ਕੈਨੇਡਾ ਬਾਰਡਰ ਸਰਵਿਸ ਏਜੰਸੀ ਹੈ ਜਿਹੜੀ ਏਅਰਪੋਰਟ ਤੇ ਇਮੀਗ੍ਰੇਸ਼ਨ ਇੰਸਪੈਕਸ਼ਨ ਕਰਦੀ ਹੈ, ਉਹਨਾਂ ਨੇ ਇੱਕ ਰਿਪੋਰਟ ਪਬਲਿਸ਼ ਕੀਤੀ ਸੀ 2013। ਤੁਸੀਂ ਅਗਰ ਜੇ ਸਰਚ ਕਰਨਾ ਹੈ ਤੇ ਗੂਗਲ ਤੇ ਜਾ ਕੇ ਸਰਚ ਕਰ ਲਓ, ਇਹ ਵੈਨਕੂਵਰ ਸਨ ਅਖਬਾਰ ਹੈ, ਵੈਨਕੂਵਰ ਏਰੀਆ ਦੇ। ਉਹਨਾਂ ਨੇ ਵੀ 15 ਅਪ੍ਰੈਲ 2015 ਵਿੱਚ ਇਹਨਾਂ ਨੇ ਇੱਕ ਆਰਟੀਕਲ ਲਿਖਿਆ ਸੀ ਇਹਦੇ ਬਾਰੇ ਕਿ ਇਹ ਸਰਕਾਰੀ ਅਧਾਰੇ CBSA ਦੀ ਆਪਣੀ ਇੱਕ ਰਿਪੋਰਟ ਹੈ ਕਿ ਮੈਰਿਜ ਫਰੋਡ ਕੈਨੇਡਾ ਦਾ ਜਿਹੜਾ ਮੈਰਿਜ ਸਿਸਟਮ ਹੈ, ਜਿਹੜਾ ਬਾਹਰ ਦੇ ਲੋਕਾਂ ਨਾਲ ਮੈਰਿਜ ਕਰਕੇ ਆਉਣਾ, ਉਹਦੇ ਵਿੱਚ ਮਤਲਬ ਕੁਛ ਕੰਟਰੀਆਂ ਹੈ ਜਿਹੜੇ ਫਰੋਡਲੈਂਟ ਕੰਟਰੀ, ਉਹਨਾਂ ਨੇ ਕਹੀ ਫਰੋਡਲੈਂਟ, ਜਿੱਥੇ ਮਤਲਬ ਇਹ ਫਰੋਡ ਚੱਲਦੇ ਆ ਸਾਰੇ। ਤੇ ਉਹ ਕੰਟਰੀ ਕਿਹੜੀ ਕਿਹੜੀ ਨੇ? ਫੋਰ ਐਗਜ਼ਾਮਪਲ ਚਾਈਨਾ ਹੈ, ਇੰਡੀਆ, ਜਿਹੜੀ ਵੀ ਅੰਡਰ ਡਿਵੈਲਪਡ, ਨੋਟ ਸੇ ਅੰਡਰ ਡਿਵੈਲਪ, ਮਤਲਬ ਵੀ ਨੋਟ ਵੈਰੀ ਡਿਵੈਲਪ। ਉਸ 2013 ਦੀ ਗੱਲ ਹੈ, ਚਾਈਨਾ, ਇੰਡੀਆ, ਪਾਕਿਸਤਾਨ, ਸ਼੍ਰੀਲੰਕਾ, ਵੀਅਤਨਾਮ, ਕੰਬੋਡੀਆ, ਨਾਈਜੀਰੀਆ, ਗਾਨਾ, ਇਥੋਪੀਆ, ਗਯਾਨਾ, ਜਿਹੜੀ ਗਯਾਨਾ ਉੱਧਰ ਹੈ ਵੈਸਟ ਇੰਡੀਜ਼ ਵੱਲ, ਗਯਾਨਾ ਤੇ ਹੇਟੀ, ਇਹ ਸਾਰੇ ਕੰਟਰੀਆਂ ਵਿੱਚ ਉਹਨਾਂ ਨੇ ਪਾਇਆ ਕਿ ਸਾਰੇ ਮੈਰਿਜ ਜਿਹੜੇ ਕੇਸਿਸ ਹੈ ਉਹਦੇ ਵਿੱਚ ਬਹੁਤੇ ਪਰਸੈਂਟੇਜ ਆਲ ਓਵਰ ਦ ਵਰਲਡ ਤੋਂ ਇਹ ਕੰਟਰੀਜ਼ ਆ ਰਹੇ ਨਾ, ਨੰਬਰ 1 ਹੈ ਇਨ ਮੈਰਿਜ ਫਰੋਡ ਜਾਂ ਮੈਰਿਜ ਇਸ ਤਰ੍ਹਾਂ ਦੇ। ਇਟ ਇਜ਼ ਆਲਸੋ ਕਾਲਡ ਮੈਰਿਜ ਆਫ ਕਨਵੀਨੀਅੰਸ, ਮੈਰਿਜ ਆਫ ਕਨਵੀਨੀਅੰਸ ਮਤਲਬ ਪੈਸੇ ਨੂੰ ਲੈ ਦੇ ਕਰ ਮੈਰਿਜ ਕਰਨਾ। ਲੇਕਿਨ ਸਾਰੇ ਕੰਟਰੀਆਂ ਦੀ ਲਿਸਟ ਉਹਨਾਂ ਨੇ ਇੱਕ ਪਾਸੇ ਕਰਤੀ, ਉਹਨਾਂ ਨੇ ਕਿਹਾ ਕਿ ਜਿਹੜਾ ਇਹਦੇ ਵਿੱਚ ਜਿਹੜਾ ਸਿਰਮੌਰ ਫਰੋਡ ਦਾ ਜਿਹੜਾ ਸੈਂਟਰ ਹੈ, ਜਿਹੜਾ ਅਰਥਕੁਏਕ ਆਉਂਦਾ ਨਾ, ਅਰਥਕੁਏਕ ਦਾ ਇੱਕ ਸੈਂਟਰ ਹੁੰਦਾ ਹੈ, ਤੇ ਮੈਰਿਜ ਫਰੋਡ ਦਾ ਜਿਹੜਾ ਐਪੀ ਸੈਂਟਰ ਹੈ, ਜਿਹੜਾ ਸੈਂਟਰ ਹੈ ਉਹ ਹੈ ਹਿੰਦੁਸਤਾਨ। ਉਸ ਟਾਈਮ ਇਹਨਾਂ ਨੇ ਇਹ ਵੀ ਸਟੈਟਿਸਟਿਕਸ ਵਿੱਚ ਸ਼ੋਅ ਕੀਤਾ ਸੀ ਕਿ 1/3, ਦੈਟ ਮੀਨਸ 3 ਐਪਲੀਕੇਸ਼ਨਾਂ ਵਿੱਚ ਇੱਕ ਐਪਲੀਕੇਸ਼ਨ ਜਿਹੜੀ ਹੈ ਫਰੋਡਲੈਂਟ ਹੈ, ਬੋਗਸ ਮੈਰਿਜ ਹੈ। ਆਵਾਜ਼ ਮੇਰੀ ਆ ਰਹੀ? ਬਿਲਕੁਲ ਆ ਰਹੀ ਹੈ ਸਰ, ਆਵਾਜ਼ ਆ ਰਹੀ ਹੈ? ਹਾਂਜੀ 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 ਸਰ, ਆਈ ਕੈਨ ਹੀਅਰ ਯੂ ਸਰ। ਯੈਸ, ਹੈਲੋ ਹਰਵਿੰਦਰ। ਯੈਸ ਯੈਸ, ਆਈ ਕੈਨ ਹੀਅਰ ਯੂ ਸਰ। ਮੇਰੇ ਖਿਆਲ ਕਰ ਦੀ ਇਸ਼ਾਰੇ ਵਾਲ। ਹੈਲੋ, ਆਵਾਜ਼ ਆ ਰਹੀ ਹੈ ਹਰਵਿੰਦਰ? ਬਿਲਕੁਲ ਆ ਰਹੀ ਹੈ ਸਰ, ਹਾਂਜੀ। ਅੱਛਾ, ਵਿੱਚ ਮੇਰੇ ਖਿਆਲ ਕਨੈਕਸ਼ਨ ਕੱਟ ਰਿਹਾ ਸੀ। ਸੋ ਜਿਹੜੀ ਸਿਰਮੌਰ ਕੰਟਰੀ ਹੈ ਮੈਰਿਜ ਫਰੋਡ ਨੂੰ ਜਿਹੜੀ ਟੌਪ ਮੋਸਟ ਲੀਡ ਕਰਦੀ ਹੈ ਉਹ ਇੰਡੀਆ, 1/3 ਐਪਲੀਕੇਸ਼ਨ ਉਹਨਾਂ ਨੇ ਉਸ ਟਾਈਮ 2013 ਦੀ ਗੱਲ ਹੈ, ਉਸ ਟਾਈਮ ਪਾਇਆ ਕਿ ਸਾਰੀ ਐਪਲੀਕੇਸ਼ਨਾਂ ਯੂਨੋ 30% ਐਪਲੀਕੇਸ਼ਨ ਆਰ ਬੋਗਸ ਐਂਡ ਫਰੋਡ। ਸੋ ਇਹ ਕੈਨੇਡੀਅਨ ਸਰਕਾਰ ਨੂੰ ਪਤਾ ਹੈ ਕਿ ਇੰਡੀਆ ਸਪੈਸ਼ਲੀ ਪੰਜਾਬ ਤੋਂ ਜਿੰਨੇ ਵੀ ਐਪਲੀਕੇਸ਼ਨਸ ਆ ਰਹੀ ਹੈ ਮੈਰਿਜ ਬੇਸਡ, ਮਤਲਬ ਜਾਂ ਤਾਂ ਮੈਰਿਜ ਸਪੋਂਸਰਸ਼ਿਪ ਜਾਂ ਮੈਰਿਜ ਨੂੰ ਲੈ ਕੇ ਸਪਾਊਸ ਵੀਜ਼ਾ,
ਕਿਉਂਕਿ ਸਾਡੇ ਜਿਹੜੇ ਇੱਕ ਇੱਕ ਕਲਚਰ ਇਸ਼ੂ ਹੈ, ਇੱਕ ਸਾਡਾ ਇੱਕ ਪਿਛੋਕੜ ਹੈ ਕਿ ਵੀ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਕੀਮਤ 'ਤੇ ਅਸੀਂ ਕੈਨੇਡਾ ਪਹੁੰਚਣਾ ਹੀ ਪਹੁੰਚਣਾ ਹੈ, ਅਸੀਂ ਕੁਛ ਵੀ ਕਰਨ ਨੂੰ ਤਿਆਰ ਹੈ ਵਿਆਹ ਲਈ। ਆਹ ਜਿਹੜਾ ਰੁਝਾਨ ਚੱਲ ਰਿਹਾ ਨਾ ਅੱਜ ਕੱਲ੍ਹ ਪੰਜਾਬ ਦੇ ਵਿੱਚ, ਕਿਉਂਕਿ ਸਪਾਊਸ ਕੀਸਾ ਆਪਾਂ ਵੀ ਕਰਦੇ ਹਾਂ, ਤੁਸੀਂ ਵੀ ਦੇਖਦੇ ਹੋ ਸਪਾਊਸ ਵੀਜ਼ਾ ਕੇਸਿਸ ਜਿਹੜੇ ਸਟੂਡੈਂਟ ਹੈ, ਵਰਕ ਪਰਮਿਟ ਹੋਲਡਰ ਵਾਲੇ ਹੈ, ਮੋਰ ਦੈਨ 50% ਕੇਸਿਸ ਉਸ ਤਰ੍ਹਾਂ ਦੇ ਨੇ ਜਿਸ ਤਰ੍ਹਾਂ ਕਿ ਅੱਜ ਵੀਜ਼ਾ ਲੱਗਿਆ ਅਤੇ ਕੱਲ੍ਹ ਰਿਸ਼ਤਾ ਹੋ ਗਿਆ, ਅਤੇ ਨਾ ਕੋਈ ਸੈਰੇਮਨੀ ਹੋਈ, ਕਿਸੇ ਨੇ ਗਾਜ਼ੀਆਬਾਦ ਮੈਰਿਜ ਕਰਾ ਲਈ, ਕਿਸੇ ਨੇ ਕਿਤੇ ਹੋਰ ਕਰਾ ਲਿਆ, ਕਿਸੇ ਨੇ ਕਾਗਜ਼ ਵਿੱਚ ਸ਼ੋਅ ਕਰ ਲਿਆ ਕਿ ਵੀ ਕੋਈ ਗੈਸਟ ਆਏ, ਫਰਜ਼ੀ ਗੈਸਟ ਸ਼ੋਅ ਕਰ ਲਏ, ਇਹ ਜਿਹੜਾ ਇੱਕ ਦੂਜੇ ਨੂੰ ਪੈਸੇ ਦੇ ਕਰਕੇ ਵੀ ਕੁੜੀ ਜਿਹੜੀ ਨਾ ਉੱਥੇ ਐਜੂਕੇਸ਼ਨ ਪੂਰੀ ਕਰ ਲਏਗੀ, ਫਿਰ ਸਾਡੇ ਮੁੰਡੇ ਨੂੰ ਖਿੱਚ ਲਏਗੀ, ਉੱਥੇ ਪੱਕਾ ਕਰਕੇ ਛੱਡ ਦੇਗੀ, ਇਹ ਸਾਰਾ ਜਿਹੜਾ ਸਿਸਟਮ ਚੱਲਣ, ਸਾਡਾ ਜਿਹੜਾ ਭਾਈਚਾਰਾ ਹੈ, ਜੇ ਜੋ ਜਿਸ ਤਰ੍ਹਾਂ ਦੇ ਮੈਲ ਪ੍ਰੈਕਟਿਸ ਹੈ, ਜੋ ਜਿਸ ਤਰ੍ਹਾਂ ਸਿਸਟਮ ਚੱਲਿਆ, ਇਹ ਸਾਰੇ ਵੀਜ਼ਾ ਅਫਸਰ ਨੂੰ ਪਤਾ ਹੈ, ਦਿੱਲੀ ਵਾਲੇ ਆਫਿਸਰਸ ਨੂੰ, ਚੰਡੀਗੜ੍ਹ ਵਾਲੇ ਆਫਿਸਰ ਨੂੰ ਸਾਰਾ ਪਤਾ ਹੈ ਕਿ ਸਪਾਊਸ ਵੀਜ਼ਾ, ਮੈਰਿਜ ਸਪੋਂਸਰਸ਼ਿਪ ਵੀਜ਼ਾ, ਇਹ ਸਾਰਾ ਸਿਸਟਮ ਜਿਹੜਾ ਪੰਜਾਬ, ਹਰਿਆਣਾ, ਦਿੱਲੀ, ਨੌਰਥਨ ਬੈਲਟ ਜਿਹੜਾ ਚੱਲਦਾ ਹੈ ਨਾ, ਇਹ ਕੀ ਕੁਛ ਹੋ ਰਿਹਾ ਹੈ। ਇਸ ਕਰਕੇ ਜਿਹੜੇ ਸਹੀ ਕੇਸ ਹੈ, ਜੈਨੂਇਨ ਕੇਸ ਹੈ, ਉਹ ਵੀ ਰਗੜੇ ਜਾਂਦੇ ਹੈ ਇਸੇ ਚੱਕਰਾਂ ਦੇ ਵਿੱਚ, ਕਿਉਂਕਿ ਵਾਰ ਵਾਰ ਇੰਟਰਵਿਊ ਲਈ ਬੁਲਾਓ, ਪਤਾ ਕਰੋ ਵੀ ਤੁਹਾਨੂੰ ਪਤਾ ਹੈ, ਯਾਦ ਹੈ ਡੇਟ ਕਦੋਂ ਮੈਰਿਜ ਹੋਈ, ਕਿਸ ਤਰ੍ਹਾਂ ਹੋਈ, ਕਿੰਨਾ ਚਿਰ ਤੁਸੀਂ ਰਹੇ ਨਾਲ, ਫਿਰ ਵੀ ਉਹ ਜਿਹੜੇ ਜੈਨੂਇਨ ਕੇਸ ਸੈਟਿਸਫਾਈ ਨਹੀਂ ਕਰ ਸਕਦੇ ਕਿ ਵਾਕਈ ਸਾਡਾ ਰਿਸ਼ਤਾ ਜਿਹੜਾ ਨਾ ਰਿਸ਼ਤੇ ਲਈ ਹੋਇਆ ਹੈ, ਕੈਨੇਡਾ ਜਾਣ ਲਈ ਹੋਇਆ, ਅਤੇ ਇਟਸ ਅ ਬਿਗ ਪ੍ਰੋਬਲਮ। ਮੈਂ ਤੁਹਾਡੇ ਥਰੂ ਇੱਕ ਸੁਨੇਹਾ ਤੁਹਾਨੂੰ ਅਤੇ ਹੋਰ ਬਾਕੀ ਜਿਹੜੀ ਜਨਤਾ ਦੇਖ ਰਹੀ ਹੈ ਇਸ ਵੀਡੀਓ ਨੂੰ, ਤੁਹਾਨੂੰ ਮੈਂ ਇੱਕ ਆਪਣੇ ਵੱਲੋਂ ਸਲਾਹ, ਕਿਉਂਕਿ ਮੈਂ ਕਈ ਸਾਲਾਂ ਤੋਂ ਇਹ ਕੰਮ ਕਰ ਰਿਹਾ, ਅਤੇ ਮੈਂ ਮੈਰਿਜ ਕੇਸ ਵੀ ਕਰਦਾ, ਮੈਂ ਮੈਰਿਜ ਕੇਸ ਫਾਈਟ ਵੀ ਕਰ ਰਿਹਾ ਇੱਥੇ, ਇਮੀਗ੍ਰੇਸ਼ਨ ਅਪੀਲ ਨੂੰ ਲਿਜਾ ਕੇ ਉਹਨਾਂ ਨੂੰ ਫਿਰ ਜੱਜ ਦੇ ਸਾਹਮਣੇ ਬਹਿਸ ਵੀ ਕਰਦਾ ਮੈਰਿਜ ਕੇਸਿਸ ਦੇ ਬਾਰੇ। ਜੋ ਚੀਜ਼ ਮੈਂ ਦੇਖੀ ਹੈ, ਜੋ ਮੇਰੇ ਐਕਸਪੀਰੀਅੰਸ ਤੋਂ ਮੈਂ ਆਪਣੇ ਦੱਸ ਰਿਹਾ ਕਿ ਇਨ ਫਿਊਚਰ ਕੋਈ ਵੀ ਪਰਿਵਾਰ ਅਗਰ ਕੋਈ ਰਿਸ਼ਤਾ ਕਰਦਾ ਹੈ ਕੈਨੇਡਾ ਤੋਂ, ਭਾਵੇਂ ਉਹ ਲੜਕਾ ਲੜਕੀ ਦਾ ਹੋ ਜਾਂ ਲੜਕੀ ਦਾ ਹੋ, 3-4 ਗੱਲਾਂ ਤੁਸੀਂ ਯਾਦ ਕਰ ਲਓ, ਸੋਚ ਲਓ, ਧਿਆਨ ਕਰ ਲਓ, ਨੋਟਬੁੱਕ ਵਿੱਚ ਲਿਖ ਲਓ, ਬਚ ਜਾਓਗੇ ਫਰੋਡ ਤੋਂ। ਮੈਂ ਕੁਛ ਗੱਲਾਂ ਤੁਹਾਨੂੰ ਤੁਹਾਡੇ ਨਾਲ ਸ਼ੇਅਰ ਕਰਨਾ ਕਿ ਤੁਸੀਂ ਉਸ ਚੀਜ਼ ਨੂੰ ਪਲੀਜ਼ ਫੋਲੋ ਕਰੋ। ਅਗਰ ਜੇ ਜਦ ਵੀ ਕੋਈ ਰਿਸ਼ਤਾ ਆਏ, ਜੋ ਕੋਈ ਕਹੇ ਕਿ ਵੀ ਅਸੀਂ ਕੈਨੇਡਾ ਤੋਂ ਆਏ ਹੈ, ਤੇ ਉਹਨਾਂ ਨੂੰ ਕਹੋ ਕਿ ਬਾਜੀ ਗੱਲਾਂ, ਚਾਹ ਪਾਣੀ ਤਾਂ ਆਪਾਂ ਪੀਆਂਗੇ, ਮਸਤੀਆਂ ਕਰਾਂਗੇ, ਡਾਂਸ ਕਰਾਂਗੇ, ਉਹ ਦੈਟ ਇਜ਼ ਓਕੇ, ਪਰ ਕੁਛ ਗੱਲਾਂ ਜਿਹੜੀ ਆਪਣਾ ਕਰਨੀ ਹੈ, ਜਿਹੜੀ ਕਾਨੂੰਨੀ ਗੱਲਾਂ ਜਿਹੜੀ ਉਹ ਕਰਨੀ ਬਹੁਤ ਜ਼ਰੂਰੀ ਹੈ, ਜੇ ਅਗਰ ਇੰਟਰਸਟਿਡ ਹੋ ਤਾਂ ਮੈਂ ਤੁਹਾਡੇ ਸਾਹਮਣੇ ਪੇਸ਼ ਕਰਾਂ। ਨੰਬਰ 1, ਅਗਰ ਲੜਕਾ ਜਾਂ ਲੜਕੀ ਕੋਈ ਵੀ ਅਗਰ ਬਾਹਰੋਂ ਆਇਆ, ਪਲੀਜ਼ ਉਹਨਾਂ ਦੀ ਮੈਨੂੰ ਇੱਕ ਪਾਸਪੋਰਟ ਦੀ ਫੋਟੋ ਕਾਪੀ ਦੇ ਦਿਓ। ਦੇਖੋ ਇਸ ਤਰ੍ਹਾਂ ਹੈ ਕਿ ਅਗਰ ਮੇਰੀ ਵੀ ਬੇਟੀ ਹੈ, ਕੱਲ੍ਹ ਨੂੰ ਅਗਰ ਮੈਂ ਸਪੋਜ਼ ਇਫ ਆਈ ਐਮ ਇਨ ਪੰਜਾਬ, ਮੈਂ ਆਪਣੇ ਬੇਟੀ ਦਾ ਰਿਸ਼ਤਾ ਕਰਨਾ ਹੈ ਪੰਜਾਬ ਦੇ ਕਿਸੇ ਵੀ ਕੋਈ ਵੀ ਜਿਹੜਾ ਆਫਰ ਆਉਂਦਾ ਹੈ, ਸਭ ਤੋਂ ਪਹਿਲਾਂ ਮੈਂ ਉਹਨਾਂ ਨੂੰ ਕਹਾਂਗਾ ਭਾਈ ਸਾਹਿਬ ਤੁਸੀਂ ਇਸ ਤਰ੍ਹਾਂ ਕਰੋ, ਪਲੀਜ਼ ਹੱਥ ਜੋੜ ਕੇ ਬੇਨਤੀ ਹੈ, ਬਾਕੀ ਆਪਾਂ ਗੱਲਾਂ ਤੇ ਕਰ ਲਾਂਗੇ, ਕਿੰਨੇ ਬਰਾਤੀ ਆਣਗੇ, ਕਿੰਨਾ ਪੈਸਾ ਲੱਗਣਾ, ਉਹ ਲੱਗਣਾ, ਦੋਜ਼ ਆਰ ਐਕਸਟਰਾ ਸੈਕੰਡਰੀ ਥਿੰਗ, ਪਰ ਪਹਿਲੀ ਗੱਲ ਇਹ ਹੈ ਜੇ ਮੁੰਡੇ ਨੇ ਆ ਕੇ ਵਿਆਹ ਕਰਨਾ ਇੱਥੇ, ਜਿਹਦੇ ਨਾਲ ਰਿਸ਼ਤਾ ਆਪਾਂ ਜੋੜਨਾ ਹੈ, ਪਲੀਜ਼ ਉਹਨਾਂ ਦੀ ਪਹਿਲਾਂ ਮੈਨੂੰ ਇੱਕ ਪਾਸਪੋਰਟ ਫੋਟੋ ਕਾਪੀ ਦੇ ਦਿਓ। ਨੰਬਰ 1, ਠੀਕ ਹੈ, ਪਾਸਪੋਰਟ ਫੋਟੋ ਕਾਪੀ ਮੈਨੂੰ ਦਿਓ, ਪਾਸਪੋਰਟ ਕਿੱਥੋਂ ਇਸ਼ੂ ਹੋਇਆ, ਪਾਸਪੋਰਟ ਦੀ ਫਾਈਲ ਨੰਬਰ ਲਿਖਿਆ ਹੋਏਗਾ, ਅਗਰ ਜੇ ਪੁਰਾਣਾ ਪਾਸਪੋਰਟ ਹੈ ਪੁਰਾਣੇ ਪਾਸਪੋਰਟ ਦੀ ਫਾਈਲ, ਐਟਲੀਸਟ ਸਾਡੇ ਕੋਲ ਇੱਕ ਰਿਕਾਰਡ ਹੋਏਗਾ ਕਿ ਆਪਾਂ ਕਿਹਦੇ ਨਾਲ ਡੀਲ ਕਰ ਰਹੇ ਹਾਂ, ਕੌਣ ਹੈ ਅਸਲੀ ਨਾਮ, ਕਿਉਂਕਿ ਨਾਮ ਵੀ ਲੋਕੀ ਚੇਂਜ ਕਰ ਲੈਂਦੇ, ਤੁਹਾਨੂੰ ਪਤਾ ਹੀ ਹੈ, ਕਿਹਦੇ ਨਾਲ ਡੀਲ ਕਰ ਰਹੇ ਹਾਂ ਆਪਾਂ, ਇੱਕ ਤੇ ਉਹਦੀ ਆਈਡੈਂਟੀਫਿਕੇਸ਼ਨ, ਓਕੇ, ਦੈਟਸ ਨੰਬਰ 1 ਡਾਕੂਮੈਂਟ ਮੈਨੂੰ ਚਾਹੀਦਾ ਕਿ ਵੀ ਤੁਸੀਂ ਮੈਨੂੰ ਪਾਸਪੋਰਟ ਦੀ ਫੋਟੋ ਕਾਪੀ ਪਲੀਜ਼ ਦੇ ਕਰ ਜਾਓ। ਨੰਬਰ 2, ਜੇ ਤੁਸੀਂ ਕੈਨੇਡਾ ਤੋਂ ਆਏ ਹੋ, ਕੈਨੇਡਾ ਵਿੱਚ ਤੁਹਾਡਾ ਸਟੇਟਸ ਕੀ ਹੈ, ਆਰ ਯੂ ਅ ਸਿਟੀਜ਼ਨ, ਆਰ ਯੂ ਅ ਪੀ ਆਰ, ਆਰ ਯੂ ਅ ਸਟੂਡੈਂਟ ਵੀਜ਼ਾ ਹੋਲਡਰ, ਆਰ ਯੂ ਅ ਵਰਕ ਪਰਮਿਟ ਹੋਲਡਰ, ਆਰ ਯੂ ਅ ਰਿਫਿਊਜੀ, ਆਰ ਯੂ ਅ ਟੀ ਆਰ ਪੀ ਹੋਲਡਰ, ਆਰ ਯੂ ਅ ਹਿਊਮੈਨੀਟੇਰੀਅਨ ਕੰਪੈਸ਼ਨੇਟ ਹੋਲਡਰ, ਆਰ ਯੂ ਇਨ ਜੇਲ, ਬਹੁਤ ਸਾਰੀ ਗੱਲਾਂ ਹੈ ਜਿਹੜੇ ਇਮੀਗ੍ਰੇਸ਼ਨ ਪੁਆਇੰਟ ਆਫ ਵਿਊ ਤੋਂ ਮੈਂ ਇਹ ਧਿਆਨ ਰੱਖਾਂਗਾ ਕਿ ਪਤਾ ਤਾਂ ਲੱਗੇ ਤੁਹਾਡਾ ਇਮੀਗ੍ਰੇਸ਼ਨ ਸਟੇਟਸ ਕੀ ਹੈ ਕੈਨੇਡਾ, ਦੈਟ ਮੀਨਸ ਕਿ ਮੈਨੂੰ ਤੁਹਾਡੀ ਇਮੀਗ੍ਰੇਸ਼ਨ ਆਈਡੀ ਚਾਹੀਦੀ ਹੈ। ਅਗਰ ਜੇ ਤੁਸੀਂ ਮੈਨੂੰ ਕਹਿ ਰਹੇ ਹੋ ਕਿ ਤੁਸੀਂ ਕੈਨੇਡੀਅਨ ਸਿਟੀਜ਼ਨ ਹੋ, ਪਲੀਜ਼ ਆਪਣੇ ਪਾਸਪੋਰਟ ਦੀ ਫੋਟੋ ਕਾਪੀ, ਮੈਨੂੰ ਪਤਾ ਹੈ ਕਿ ਲੋਕਾਂ ਨੇ ਕਹਿਣਾ ਨਹੀਂ ਇਸ ਚੀਜ਼ ਨੂੰ, ਲੋਕੀ ਮਤਲਬ ਕਿਉਂਕਿ ਸਾਡਾ ਜਿਹੜਾ ਸੱਭਿਆਚਾਰ ਇਸ ਤਰ੍ਹਾਂ ਹੈ, ਆਪਾਂ ਸੰਗਦੇ ਹਾਂ ਇਹ ਗੱਲਾਂ ਕਰਨ ਨੂੰ, ਲੇਕਿਨ ਇਹ ਜ਼ਰੂਰੀ ਹੈ ਕਰਨਾ, ਆਪਣਾ ਪਲੀਜ਼ ਪਾਸਪੋਰਟ ਦੀ ਫੋਟੋ ਕਾਪੀ ਮੈਨੂੰ ਦੇ ਦਿਓ, ਜਸਟ ਫੋਰ ਮਾਈ ਫਾਈਲ, ਜਸਟ ਫੋਰ ਮਾਈ ਡਾਕੂਮੈਂਟੇਸ਼ਨ ਸੇਕ, ਆਪਾਂ ਇੰਨਾ ਵੱਡਾ ਰਿਸ਼ਤਾ ਕਰਨ ਜਾ ਰਹੇ ਹਾਂ, ਇੰਨਾ ਜ਼ਿਆਦਾ ਆਪਾਂ
इन्वेस्टमेंट करने हैं बोथ मेंटली इमोशनली एंड मनी वाइज, आई नीड टू नो कि व्हाट इज योर इमीग्रेशन स्टेटस, मैनू पासपोर्ट की फोटो कापी दियो अपनी कनेडियन पासपोर्ट की या कनेडियन पीआर की या कनेडियन लैंडिंग पेपर की, या तुहाडे कोल स्टडी वीजा है स्टडी परमिट की कॉपी दियो प्लीज, या वर्क परमिट है उसकी फोटो कापी मैनू दे दियो प्लीज, जस्ट टू बी सेफ कि मैनू पता लग जाएगा कि कितना डील करना है। ठीक है, ये तो होया दूसरा डॉक्यूमेंट। तीसरा डॉक्यूमेंट एक होर है, अगर कोई मैं कह रहा है कि असी जी ब्रैम्पटन तो आए हैं, मिसिसागा तो आए हैं जी, जेडे मर्जी प्रोविंस तो तुसी आए हो, तुहाडे कोल उत्थे दा कोई ड्राइवर लाइसेंस या कोई आई डी है प्लीज, होएगी जरूर, अगर कोई पीआर कार्ड होल्डर या कोई सिटीजन रह रहा कई सालों तो उन्होंने को ड्राइवर लाइसेंस या उत्थे दी आई डी जरूर होएगी, प्लीज अपनी आई डी की मैनू फोटो कापी दे दो, सानू पता लगे कि वट इज योर आई डी नंबर, उस आई डी नंबर लिखा होंगे, इन फ्यूचर अगर कोई ट्रैक करना है, अगर कोई रिपोर्ट करनी है आरसीएमपी नू सीबीएसई कोई रिपोर्ट करनी, साडे कोल एक आइडेंटिफिकेशन ते होए कि भी सरकारी तुहाडे कोल आई डी केड़ी है, नाल एक सिन नंबर की फोटो कापी, सिन नंबर होंगे जिहड़ा सोशल सिक्योरिटी नंबर होंगे अमेरिका, उत्थे इस तरह का एक साडा एक सिन नंबर होंगे सोशल इंश्योरेंस नंबर, उहदे थ्रू पता लग जांदा सारा कि भी बंदे का स्टेटस की है सर्विस कैनेडा विच, एक काम कर रहा है कितनी तनखा मिली वगैरह वगैरह, ऑफकोर्स दोज आर प्राइवेसी इशूज, किसी ने दसना नहीं अंदर की गल, लेकिन एक सिन नंबर तो पता लग जाता है कि यूनीक उसका आइडेंटिफिकेशन की है सर्विस कैनेडा का। तो तीन डॉक्यूमेंट हो गए, हुण मैं चौथी तैयार है, चौथी बड़ी ही ऑब्जेक्शनेबल शायद लोगों को लगे, लेकिन मैं फिर भी इंसिस्ट करांगा, अगर मेरे लड़की लई कोई रिश्ता लेकर आएगा तो मैं उन्होंने कहांगा भाई हाथ जोड़ के बेनती है कि मैनू मुंडे की क्रेडिट रिपोर्ट दो, क्रेडिट रिपोर्ट तो पता लगता है कि भी वो कोई बैंकरप्सी तो नहीं फाइल की, वो कोई उन्होंने कोई लोन तो नहीं है सिर पर, वो कोई उन्होंने कोई फ्रॉड तो नहीं किया कोई फाइनैशियल फ्रॉड, उन्होंने इनकम का सोर्स किस तरह, वो पेमेंट वाला सिस्टम चल रहा, यह सारा एक क्रेडिट रिपोर्ट तो पता लगता है कि भाई अंदर वट इज़ द नेचर ऑफ द परसन, मतलब वो कर की रहा है, वट इज़ हिज परसनैलिटी फाइनैशियली वाइज, वो किस तरह स्टेबल है कि नहीं है। क्रेडिट रिपोर्ट कई बार लोग देखने लगते हैं बहुत सोहने लगते हैं, लेकिन अंदर जब उन्होंने तुम क्रेडिट रिपोर्ट देखो तो अंदर वो खोखले निकलते हैं, उन्होंने सिर पर लोन है, कर्जा है, कई पेमेंट नहीं कर रहा, कोई अगेंस्ट किसी ने कोई चार्ज लाया है, अगेंस्ट किसी ने कोई डिलिंक्वेंसी होंगी है कि भी जेडे लोन रिकवरी करने मगर लगे हुए हैं काफ़ी सारी कंपनियां, वो सारी क्रेडिट रिपोर्ट तो पता लगती है। ये चार डॉक्यूमेंट हो गए, एक आखिरी डॉक्यूमेंट है जो पांचवा डॉक्यूमेंट मैं तुम्हें दसना कि पांचवा डॉक्यूमेंट भी रिक्वेस्ट करना है रिश्तेदारों तो कि भाई तुहाडी कोई पुरानी कोई मैरिज तो नहीं हुई, साफ साफ दस दियो, अगर जो पुरानी मैरिज है तो वो की बनिया, उसका कोई डिसोल्यूशन हो गया, डिवोर्स हो गया नहीं हो गया, अगर जो डिवोर्स हो गया प्लीज मैं कोई डिवोर्स सर्टिफिकेट पुराना अपना दस दौ, सानू पता लग जाए कि भी असी जो विआह कर लगे हैं कि भी तुसी क्लीयर हो, आर यू ईवन एलिजिबल टू मैरी, जे अगर पुराना डिवोर्स ही क्लीयर नहीं होया, मेरे को कई केस आ चुके हैं इस तरह के, तुम मैं एग्जाम्पल देंगा, एक मुस्लिम केस से, उन्होंने इतने इस्लामिक मैरिज में इदा होंगे कि कई लोगों का ख्याल है कि भी असी इतने मस्जिद तो करा लिया जी, हो गया जी, उन्होंने मस्जिद तो इतने क्लीयरेंस करा लिया कि जी साडा जी हो गया जी वो जिहड़े तलाक 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 इस तरह करके हो गया, उसके बाद उन्होंने जाके इंडिया मैरिज कर ली दूसरे मतलब उस कम्यूनिटी को, इतने पता लग गया कि भी उन्होंने असली डिवोर्स जरा सरकारी डिवोर्स तो होया ही नहीं, तो फिर जाके जब कनेडियन हाई कमिशन जब उन्होंने इंटरव्यू आई वाइफ की सैकेंड वाइफ की, तो उत्थे उन्होंने कहा कि भी तुहाडे दा हसबेंड इज ऑलरेडी मैरिड, सो वो फिर यू नो इट वॉज अ ह्यूज एम्बैरसमेंट कि इन्ना खर्चा कर चुके हैं असी, तो हनीमून भी मना चुके हैं असी, वो कर चुके हैं, छे महीने बाद पता लगे तो ऑलरेडी मैरिड है, सो इस करके भाई अगर जो तुम पुराने कोई चक्कर चलाया है, पुराना रिलेशनशिप अगर रहा है वो क्लीयर हो गया नहीं हो गया, प्लीज हाथ जोड़ के बेनती है कोई डिवोर्स रिपोर्ट वाला दे दो, डिवोर्स सर्टिफिकेट कॉपी दे दो। मैं समझदा कि अगर ये पांच डॉक्यूमेंट बिच अगर तुहानू तीन डॉक्यूमेंट भी मिल गए, तुसी 99.9% बहुत बड़े एक डिजास्टर तो मैरिज फ्रॉड तो बच जाओगे। ठीक है, ये गल हो गई कि इन फ्यूचर किदा बचना है। हुण आपां डिस्कस करिए उस केस के बारे जिहदे बारे एक जिहड़े डेली पोस्ट चैनल विच जिहड़ा वाकया आया है, रुपिंदर कौर, बिल्कुल सर, रुपिंदर कौर जिथे भी बैठी है कैनेडा विच, वो पीआर है स्टूडेंट, आई एम जस्ट गोइंग टू अज्यूम, आई डू नॉट नो कि वो पीआर है कि नहीं है, आई एम जस्ट गोइंग टू अज्यूम के वो स्टूडेंट वीजा होल्डर है, उन्हें अगेंस्ट जिहड़ा परिवार नाल धोखा होया जिहड़े पंजाब बैठे हैं उन्होंने अगेंस्ट वो दो कंप्लेंट फाइल कर सकते हैं, दो कंप्लेंट के बारे मैं कानूनी तथ्य लेके डिस्कस करांगा, वट आर दीज कंप्लेंट्स, बाकी प्रॉब्लम यह है कि
ਆ ਜਿਹੜੇ ਮੈਂ ਪੰਜ ਡਾਕੂਮੈਂਟਸ ਦੀ ਗੱਲ ਕੀਤੀ ਕਿ ਤੁਸੀਂ ਆਈ ਡੀ ਲਓ ਵਗੈਰਾ ਇਸ ਤਰ੍ਹਾਂ ਲਓ, ਮੇਰੇ ਖਿਆਲ ਮੈਨੂੰ ਪਤਾ ਨਹੀਂ ਕਿ ਉਹਨਾਂ ਕੋਲ ਆਈ ਡੀ ਕੋਈ ਹੈ ਵੀ ਕਿ ਨਹੀਂ ਹੈ, ਅਸਲੀ ਨਾਮ ਵੀ ਰੁਪਿੰਦਰ ਹੈ ਕਿ ਨਹੀਂ ਹੈ, ਕਿ ਕੋਈ ਹੋਰ ਨਾਮ ਤੋਂ ਸ਼ਾਇਦ ਕਰਾਇਆ ਹੋ, ਇਸ ਵੇਲੇ ਕਿੱਥੇ ਬੈਠੀ ਹੈ ਕੀ ਹੈ, ਨਾ ਤੁਹਾਡੇ ਕੋਲ ਕੋਈ ਪਾਸਪੋਰਟ ਫੋਟੋ ਕਾਪੀ ਹੋਣੀ, ਨਾ ਸ਼ਾਇਦ ਉਹਨਾਂ ਦਾ ਕੋਈ ਡਰਾਈਵਰ ਲਾਇਸੈਂਸ ਆਈ ਡੀ ਕਾਪੀ ਹੋ ਗਈ। ਸੋ ਇਟ ਇਜ਼ ਇੰਪਾਸੀਬਲ ਟੂ ਟਰੈਕ ਡਾਊਨ। ਹੁਣ ਟਰੇਸ ਪੂਰੇ ਕੈਨੇਡਾ ਵਿੱਚ ਕਿੱਥੇ ਆਪਾਂ ਟਰੈਕ ਕਰਾਂਗੇ ਕਿ ਰੁਪਿੰਦਰ ਕੌਰ ਕਿੱਥੇ ਬੈਠੀ ਹੈ, ਵੀ ਹੈਵ ਨੋ ਆਈਡੀਆ। ਜੇ ਅਗਰ ਆਈਡੀਆ ਹੁੰਦੀ ਇਸ ਤਰ੍ਹਾਂ ਦੀ ਤੇ ਆਪਾਂ ਟਰੈਕ ਕਰਨ 'ਚ ਥੋੜਾ ਜਿਹਾ ਸਹੂਲੀਅਤ ਹੋ ਜਾਣੀ ਸੀ। ਪਰ ਐਨੀਵੇ, ਅਗਰ ਜੇ ਮੈਂ ਉਹਨਾਂ ਦੇ ਫਾਦਰ ਜਿਹੜੇ ਲੜੇ ਨਾਲ ਹੋਈ ਹੈ ਉਹਨਾਂ ਦਾ ਅਗਰ ਮੈਂ ਫਾਦਰ ਦੀ ਜਗ੍ਹਾ ਅਗਰ ਮੈਂ ਕੁਛ ਅਗਰ ਕਰਨਾ ਹੈ ਤੇ ਮੈਂ ਉਹਨਾਂ ਨੂੰ ਸਿਰਫ ਰੁਪਿੰਦਰ ਕੌਰ ਨੂੰ ਸਿਰਫ ਇੱਕ ਚਿੱਠੀ ਲਿਖਣੀ ਹੈ ਕਿ ਆਹ ਜਿਹੜੀ ਤੁਸੀਂ ਮੈਰਿਜ ਕੀਤੀ ਹੈ, ਠੀਕ ਹੈ, ਦਿਸ ਕਮਸ ਅੰਡਰ ਰੈਗੂਲੇਸ਼ਨ 4 ਆਰ, ਤੁਸੀਂ ਗੂਗਲ ਤੇ ਟਾਈਪ ਕਰ ਲਓ, ਇਸ ਕਾਲ ਆਰ ਰੈਗੂਲੇਸ਼ਨ 4 ਨੰਬਰ 4 ਆਰ ਇਮੀਗ੍ਰੇਸ਼ਨ ਰੈਫਿਊਜੀ ਐਂਡ ਪ੍ਰੋਟੈਕਸ਼ਨ ਰੈਗੂਲੇਸ਼ਨ ਦੇ ਤਹਿਤ ਨੰਬਰ 4 ਦੇ ਤਹਿਤ ਤੁਹਾਡੀ ਜਿਹੜੀ ਇੰਟੈਂਸ਼ਨ ਵਾਸ ਨੋਟ ਫੋਰ ਮੈਰਿਜ, ਜੋ ਤੁਸੀਂ ਮੈਰਿਜ ਕੀਤੀ ਹੈ ਇੰਟੈਂਸ਼ਨ ਵਾਸ ਨੋਟ ਫੋਰ ਮੈਰਿਜ, ਇਹਨੂੰ ਲੈ ਕੇ ਆਪਾਂ ਨਿਊ ਡੇਲੀ ਹਾਈ ਕਮਿਸ਼ਨ ਨੂੰ ਈਮੇਲ ਪਾਵਾਂਗੇ ਕਿ ਵੀ ਤੁਹਾਡੀ ਜਿਹੜੀ ਤੁਹਾਡਾ ਜਿਹੜਾ ਵੀਜ਼ਾ ਲੱਗਿਆ ਹੈ ਡੈਟ ਵਾਸ ਨਾਟ ਅਕੋਰਡਿੰਗ ਟੂ ਦ ਇੰਟੈਂਟ ਫੋਰ ਆਰ 4 ਇੱਕ ਤੇ ਆਹ ਜਿਹੜੀ ਚੀਜ਼ ਬਣੇਗੀ। ਦੂਸਰਾ, ਜਦ ਤੁਸੀਂ ਆਲਰੇਡੀ ਮੈਰਿਡ ਹੋ ਗਏ, ਜਦ ਤੁਸੀਂ ਮੈਰਿਜ ਸਰਟੀਫਿਕੇਟ ਲੈ ਕੇ ਗਏ, ਮੇਰੇ ਆਈ ਐਮ ਹੋਪਿੰਗ ਕਿ ਮੈਰਿਜ ਸਰਟੀਫਿਕੇਟ ਇੰਡੀਆ ਤੋਂ ਲੈ ਕੇ ਗਈ, ਜਦ ਤੁਸੀਂ ਉੱਥੇ ਪਹੁੰਚੇ ਫਿਰ ਤੁਸੀਂ ਕਿਆ ਇਮੀਗ੍ਰੇਸ਼ਨ, ਕਿਆ ਤੁਸੀਂ ਕੈਨੇਡੀਅਨ ਇਮੀਗ੍ਰੇਸ਼ਨ ਨੂੰ ਦੱਸਿਆ ਕਿ ਅਸੀਂ ਮੈਰਿਡ ਹੋ ਗਏ ਹਾਂ, ਦਿਸ ਇਜ਼ ਮਾਈ ਨਿਊ ਹਸਬੈਂਡ। ਅਗਰ ਜੇ ਨਹੀਂ ਦੱਸਿਆ ਤਾਂ ਕਿਉਂ ਨਹੀਂ ਦੱਸਿਆ, ਅਗਰ ਜੇ ਦੱਸਿਆ ਤੇ ਫਿਰ ਉਹ ਦੂਸਰਾ ਜਿਹੜਾ ਦੂਸਰਾ ਜਾਂ ਤੀਸਰਾ ਹੋ ਸਕਦਾ, ਤੀਸਰਾ ਜਿਹੜਾ ਵਿਆਹ ਕਰਾਇਆ ਉਹਨੂੰ ਕਰਾਉਣ ਲਈ ਤੁਸੀਂ ਪਹਿਲਾਂ ਡਿਵੋਰਸ ਕਿਉਂ ਨਹੀਂ ਕੀਤਾ। ਸੋ ਅਗਰ ਜੇ ਡਿਵੋਰਸ ਕਰ ਲਿਆ ਤੇ ਠੀਕ ਹੈ, ਮੈਨੂੰ ਹੋਪ ਹੈ ਕਿ ਸ਼ਾਇਦ ਡਿਵੋਰਸ ਨਹੀਂ ਕੀਤਾ, ਅਗਰ ਡਿਵੋਰਸ ਨਹੀਂ ਕੀਤਾ ਤੇ ਫਿਰ ਇਹ ਕ੍ਰਿਮੀਨਲ ਓਫੈਂਸ ਬਣ ਜਾਏਗਾ। ਅਗਰ ਜੇ ਤੁਸੀਂ ਇਹ ਦੋ ਪੁਆਇੰਟ ਉਹਨਾਂ ਨੂੰ ਰੇਸ ਕਰਦੇ ਹੋ, ਉਹਨਾਂ ਨੂੰ ਆਪ ਪਤਾ ਲੱਗ ਜਾਏਗਾ ਕਿ ਵੀ ਠੀਕ ਹੈ, ਅਗਲੇ ਜਾਣਦੇ ਹੈ, ਜਾਗਰੂਕ ਹੈ, ਕਾਨੂੰਨ ਉਹਨਾਂ ਪੱਖੋਂ ਉਹਨਾਂ ਨੂੰ ਪਤਾ ਹੈ ਕਿ ਕਰਨਾ ਕੀ ਹੈ। ਤੀਸਰਾ, ਭਾਵੇਂ ਉਹ ਮੰਨੇ ਜਾਂ ਨਾ ਮੰਨੇ, ਇੱਕ ਤਰੀਕਾ ਹੁੰਦਾ ਹੈ ਰਿਪੋਰਟਿੰਗ ਕਰਨਾ ਵਿਦ ਇਨ ਕੈਨੇਡਾ। ਕਿਸੇ ਵੀ ਰਿਸ਼ਤੇਦਾਰ ਜਾਂ ਕਿਸੇ ਵੀ ਦੋਸਤ ਨੂੰ ਕੰਟੈਕਟ ਕਰ ਲੈਣਗੇ ਉਹ ਪਰਿਵਾਰ, ਤੇ ਇੱਥੇ ਜਿਹੜੀ ਇੱਕ CBSA ਜਿਹੜੀ ਕੈਨੇਡਾ ਬਾਰਡਰ ਸਰਵਿਸ ਏਜੰਸੀ, ਇੱਕ ਹੋਟਲਾਈਨ ਹੁੰਦੀ ਹੈ, ਰਿਪੋਰਟਿੰਗ ਸਿਸਟਮ ਹੁੰਦਾ ਹੈ, ਉੱਥੇ ਰਿਪੋਰਟਿੰਗ ਹੋਟਲਾਈਨ ਤੇ ਤੁਸੀਂ ਗੱਲ ਕਰਕੇ ਆਪਣੇ ਫਰੋਡ ਦੇ ਬਾਰੇ ਉਹਨਾਂ ਨੂੰ ਦੱਸ ਸਕਦੇ ਹੋ, ਫਿਰ ਅੱਗੇ ਉਹਨਾਂ ਨੇ ਅੱਗੇ ਤਹਿਕੀਕਾਤ ਆਪਣੀ ਕਰਨੀ ਹੈ। ਦਾ ਓਨਲੀ ਪ੍ਰੋਬਲਮ ਇਜ਼ ਕਿ ਇਫ ਯੂ ਹੈਵ ਦਾ ਆਈਡੀਸ, ਅਗਲੇ ਨੇ ਪੁੱਛਣਾ ਕਿ ਵਟ ਇਜ਼ ਯਰ ਫੁੱਲ ਨੇਮ, ਡੇਟ ਆਫ ਬਰਥ, ਵਟ ਇਜ਼ ਦਾ ਪਾਸਪੋਰਟ ਨੰਬਰ, ਵਟ ਇਜ਼ ਦਾ ਸਿਨ ਨੰਬਰ, ਆਈਡੀ ਨੰਬਰ ਸਮਥਿੰਗ। ਅਗਰ ਜੇ ਆਈਡੀ, ਅਗਰ ਤੁਸੀਂ ਪਹਿਲਾਂ ਜਿਹੜੀ ਮੈਂ ਪੰਜ ਆਈਡੀ ਦਾ ਮੈਂ ਜ਼ਿਕਰ ਕੀਤਾ, ਅਗਰ ਉਸ ਤਰ੍ਹਾਂ ਦੀ ਆਈਡੀ ਅਗਰ ਉਹਨਾਂ ਕੋਲ ਹੁੰਦੀ ਤੇ ਆਲਰੇਡੀ ਇਟ ਵੁੱਡ ਹੈਵ ਬੀਨ ਈਜ਼ੀ ਕਿ ਵੀ ਉਹਦੀ ਇਨਵੈਸਟੀਗੇਸ਼ਨ ਹੋ ਸਕਦੀ। ਇੰਨਾ ਹੀ ਮੈਂ ਕਹਿਣਾ ਸੀ, ਤੇ ਤੁਸੀਂ ਹੁਣ ਆਪਣਾ ਕੋਈ ਸਵਾਲ ਅਗਰ ਇਹਦੇ ਬਾਰੇ ਪੁੱਛ ਸਕਦੇ ਹੋ। ਬਿਲਕੁਲ ਸਰ, ਜਿਹੜੇ ਲੋਕ ਅੱਜ ਕੱਲ੍ਹ ਫਰੋਡ ਕਰ ਰਹੇ ਨੇ ਉਹ ਇਹ ਸੋਚਦੇ ਨਹੀਂ ਹੈਗੇ ਵੀ ਐਵਰੀਥਿੰਗ ਇਜ਼ ਟ੍ਰੇਸੇਬਲ। ਵਾਟ ਦੇ ਥਿੰਕ ਇਜ਼ ਕੈਨੇਡਾ ਤੋਂ ਇੰਡੀਆ ਦਾ ਡਿਫਰੈਂਸ ਬਹੁਤ ਜ਼ਿਆਦਾ ਹੈ, ਤੇ ਜਦੋਂ ਅਸੀਂ ਇੰਡੀਆ ਤੋਂ ਫਲਾਈ ਕਰ ਜਾਂਗੇ ਤਾਂ ਨੋਬਡੀ ਕੈਨ ਫੋਲੋ ਅਸ, ਜਾਂ ਸਾਨੂੰ ਕੋਈ ਫੋਲੋ ਨਹੀਂ ਕਰ ਸਕਦਾ, ਜਾਂ ਸਾਡੇ ਕੋਈ ਕੀਤੇ ਹੋਏ ਕ੍ਰਾਈਮ ਨੂੰ ਕੋਈ ਬੰਦਾ ਕੈਸ਼ ਨਹੀਂ ਕਰ ਸਕਦਾ। ਬਟ ਇਹ ਸਾਰੇ ਉਹਨਾਂ ਦੇ ਵਹਿਮ ਤੇ ਭੁਲੇਖੇ ਹੁੰਦੇ ਹਨ। ਬਈ ਮੈਨੂੰ ਨਹੀਂ ਲੱਗਦਾ ਕਿ ਅੱਜ ਦੀ ਡੇਟ ਦੇ ਅੰਦਰ ਕਿਸੇ ਵੀ ਤਰੀਕੇ ਦਾ ਕੋਈ ਵੀ ਕ੍ਰਾਈਮ ਬੰਦਾ ਇੱਥੋਂ ਕਰਕੇ ਜਾਵੇ ਔਰ ਕੈਨੇਡਾ ਵਿੱਚ ਉਹ ਸੇਫ ਰਹੇਗਾ। ਦਿਸ ਇਜ਼ ਵਾਟ ਆਲ ਦ ਪੀਪਲ ਅਸਿਊਮ, ਜਿਹੜੇ ਜਾਣ ਕੇ ਠੱਗੀਆਂ ਮਾਰਦੇ ਨੇ, ਮੈਰਿਜਸ ਕਰਵਾ ਲੈਂਦੇ ਨੇ, ਫਿਰ ਲੜਕੇ ਦੀ ਲਾਈਫ ਤਬਾਹ ਕਰ ਦਿੰਦੇ ਨੇ, ਜਾਂ ਕੁਛ ਲੜਕੇ ਗਲਤ ਨੇ ਜਿਹੜੇ ਲੜਕੀਆਂ ਦੀ ਲਾਈਫ ਤਬਾਹ ਕਰ ਦਿੰਦੀਆਂ ਨੇ, ਦਿਸ ਇਜ਼ ਰੋਂਗ। ਮੈਂ ਤਾਂ ਇਹਨਾਂ ਨੂੰ ਇਹ ਕਹਾਂਗਾ ਕਿ ਤੁਸੀਂ ਹੁਣ ਸੁਚੇਤ ਹੋ ਜਾਓ। ਆਈ ਮੀਨ ਅਮਰਜੋਤ ਸਰ ਇਜ਼ ਔਨ ਦ ਵੇ ਟੂ ਗ੍ਰੈਬ ਯੂ ਗਾਇਜ਼। ਅੱਛੀ ਤਰੀਕੇ ਨਾਲ ਹੁਣ ਤੁਹਾਡੀ ਰਿਪੋਰਟਿੰਗ ਹੋਇਆ ਕਰੇਗੀ। ਬਹੁਤ ਹੀ ਅੱਛਾ ਲੱਗਿਆ ਜਿਹੜਾ ਇਹ ਰੁਪਿੰਦਰ ਕੌਰ ਵਾਲਾ ਕੇਸ ਜਿਹੜਾ ਸਾਹਮਣੇ ਨਿਕਲ ਕੇ ਆਇਆ ਆਪਾਂ ਨੂੰ। ਸੋ ਵੀ ਕੈਨ ਵਰਕ ਆਊਟ ਫੋਰ ਦੀਸ ਗਾਇਜ਼। ਜੇ ਇਹ ਸਾਡੇ ਲਿੰਕ ਵਿੱਚ ਆਉਂਦੇ ਨੇ, ਆਈ ਐਮ ਗੋਇੰਗ ਟੂ ਟਰੈਕ ਦੈਮ। ਮੈਂ ਜ਼ਰੂਰ ਇਹਨਾਂ ਦੇ ਜਿਹੜੇ ਚੈਨਲ ਵਾਲੇ ਨੇ, ਰਿਪੋਰਟਰ ਨੇ, ਇਹਨਾਂ ਦੀ ਰਿਪੋਰਟਿੰਗ ਕੀਤੀ ਹੈ ਡੇਲੀ ਲਾਈਵ ਵਾਲਿਆਂ ਨੇ, ਤੇ ਇਹਨਾਂ ਨੂੰ ਮੈਂ ਜ਼ਰੂਰ ਜਾ ਕੇ ਕੰਟੈਕਟ ਕਰਾਂਗਾ। ਤੇ ਇਹਨਾਂ ਦੇ ਮਸਲੇ ਵਿੱਚ ਕੋਈ ਵੀ ਕਿਸੇ ਤਰੀਕੇ ਦੀ ਹੈਲਪ ਹੋ ਸਕਦੀ ਹੈ, ਆਈ ਐਮ ਆਲਵੇਜ਼ ਦੇਅਰ ਫੋਰ ਯੂ, ਆਈ ਹੋਪ ਯੂ ਵਿਲ ਬੀ ਆਲਸੋ। ਤੇ ਇਹ ਜਿਹੜੇ ਤੁਸੀਂ ਪੰਜ ਡਾਕੂਮੈਂਟ ਦੱਸੇ ਨੇ, ਅਗਰ ਇਹ ਲਿੱਤੇ ਜਾਣ ਤੇ ਮੇਰੇ ਹਿਸਾਬ ਨਾਲ ਕਦੇ ਵੀ ਕੋਈ ਮੈਰਿਜ ਫਰੋਡ ਨਾ ਹੋਵੇ। ਬਿਕੋਜ਼ ਜਿਹੜਾ ਆਪਣਾ ਸਿਟੀ ਮੰਨਿਆ ਜਾ ਰਿਹਾ ਸ਼ੁਰੂ ਤੋਂ ਹੀ, ਦਿਸ ਵਾਸ ਅਗੇਂਸਟ, ਲਾਈਕ ਬਹੁਤ ਪਹਿਲਾਂ ਸੁਣਿਆ ਜਾਂਦਾ ਸੀ ਕਿ ਮੁੰਡੇ ਉਧਰੋਂ ਆਉਂਦੇ ਨੇ, ਲੜਕੀਆਂ ਨਾਲ ਵਿਆਹ ਕਰਦੇ ਨੇ, ਵਿਆਹ ਕਰਕੇ ਖੁਦ ਅਬਰੋਡ ਚਲੇ ਜਾਂਦੇ ਨੇ ਤੇ ਮੁੜ ਕੇ ਵਾਪਸ ਨਹੀਂ ਆਉਂਦੇ। ਇੱਥੇ ਕੁਛ NGOs ਵੀ ਬਣੀਆਂ ਹੋਈਆਂ ਨੇ, ਸਰਕਾਰੀ NGOs ਨੇ ਜਿਹੜੀਆਂ ਕਿ ਖੁਦ ਇਹੀ ਚੀਜ਼ਾਂ ਨੂੰ ਟਰੈਕ ਕਰਦੀਆਂ ਨੇ ਵੀ ਕੋਈ ਵੀ ਜਿਹੜੀ ਲੜਕੀ ਪੀੜਿਤ ਹੈਗੀ ਹੈ
ਉਹਦੇ ਨਾਲ ਕੁਛ ਗਲਤ ਨਾ ਹੋਵੇ, ਜਾਂ ਜੇ ਜੇ ਉਹਦਾ ਕੋਈ ਕੋਈ ਵੀ ਉਹਦਾ ਹਸਬੈਂਡ ਉਹਨੂੰ ਚੀਟ ਕਰਕੇ ਗਿਆ ਹੋਇਆ ਇੱਥੋਂ, ਤੇ ਉਹਦੇ ਨਾਲ ਜੋ ਵੀ ਉਹਦੀ ਬਣਦੀ ਕਾਰਵਾਈ ਹੈ ਉਹ ਹੋ ਸਕੇ, ਬਟ ਉਹ ਐਨਜੀਓ ਲੈਵਲ ਤੱਕ ਇੰਡੀਆ ਤੱਕ ਹੀ ਸੀਮਿਤ ਰਹਿ ਜਾਂਦਾ ਮੇਰੇ ਖਿਆਲ ਚ। ਮੇ ਬੀ ਉਹਨਾਂ ਦਾ ਕੇਸ ਵੀ ਰਜਿਸਟਰ ਹੋ ਜਾਂਦਾ, ਬਟ ਉਸ ਤੋਂ ਬਾਅਦ ਕੁਛ ਅੱਗੇ ਕਾਰਵਾਈ ਨਹੀਂ ਹੁੰਦੀ। ਸੋ ਆਈ ਹੋਪ ਕਿ ਜੇ ਜੇ ਆਪਾਂ ਇਸ ਚੀਜ਼ ਵਿੱਚ ਇਨਵੋਲਵ ਹੁੰਦੇ ਹਾਂ ਤੇ ਅਸੀਂ ਕੇਸ ਦੇ ਜਿਹੜੇ ਸਿਰੇ ਤੱਕ ਪਹੁੰਚ ਕੇ ਇਨਵੋਲਵ ਹੋ ਕੇ ਜਿਹੜਾ ਵੀ ਬੰਦਾ ਚੀਟ ਕਰਕੇ, ਚਾਹੇ ਲੇਡੀ ਹੈ ਚਾਹੇ ਉਹ ਲੜਕਾ ਹੈ, ਕੈਨੇਡਾ ਜਾ ਕੇ ਸੁਪਨੇ ਲੈ ਰਿਹਾ ਵੀ ਮੈਂ ਉੱਥੇ ਜਾ ਕੇ ਸੇਫ ਰਹਿ ਲਾਂਗਾ, ਤੇ ਉਹ ਉਹਨਾਂ ਨੂੰ ਹੁਣ ਬਿਲਕੁਲ ਹੀ ਆਪਣੇ ਯਾਦ ਰੱਖਣਾ ਚਾਹੀਦਾ ਕਿ ਹੁਣ ਐਵਰੀਥਿੰਗ ਇਜ਼ ਟ੍ਰੇਸੇਬਲ ਨਾਓ। ਮੈਨੂੰ ਕਈ ਲੋਕ ਕਹਿ ਚੁੱਕੇ ਆ ਕਿ ਵੀ ਇਹ ਜਿਹੜੇ ਤੁਸੀਂ ਡਾਕੂਮੈਂਟ ਮੰਗਦੇ ਹੋ ਰਿਸ਼ਤਾ ਹਾਲੀ ਹੋਇਆ ਨਹੀਂ, ਠੀਕ ਹੈ, ਹਾਲੀ ਤੇ ਐਵਰੀਥਿੰਗ ਇਜ਼ ਲਾਈਕ ਰੋਜ਼ੀ ਪਿਕਚਰ ਲੱਗਦੀ ਕਿ ਵੀ ਬਾਹਰੋਂ ਕੋਈ ਬੰਦਾ ਆਇਆ ਵਧੀਆ ਵਧੀਆ ਗੱਡੀ 'ਚ ਉਤਰ ਰਿਹਾ ਜੀ, ਤੁਹਾਨੂੰ ਗਿਫਟ ਦੇ ਰਿਹਾ, ਫਲਾਨਾ ਕਰ ਰਿਹਾ, ਇਸ ਤਰ੍ਹਾਂ ਬਹੁਤ ਵਧੀਆ ਇੱਕ ਲੱਗਦਾ ਕਿ ਹਾਂ ਵੀ ਖੁਸ਼ੀ ਦਾ ਮਾਹੌਲ ਹੈ, ਖੁਸ਼ੀ ਦੇ ਮਾਹੌਲ ਵਿੱਚ ਆਪਾਂ ਰਿਸ਼ਤੇ ਦੀ ਗੱਲ ਕਰ ਰਹੇ ਹਾਂ ਤੇ ਤੁਸੀਂ ਮੈਨੂੰ ਕਹਿ ਰਹੇ ਹੋ ਕਿ ਇਹਨਾਂ ਤੋਂ ਡਾਕੂਮੈਂਟ ਮੰਗ ਲਓ। ਮੈਂ ਇਹਨਾਂ ਨੂੰ ਕਿਹਾ ਕਿ ਬਈ ਇਸਦਾ ਕਿ ਜੇ ਡਾਕੂਮੈਂਟ ਅਗਰ ਮੰਗ ਲਓਗੇ ਤੁਸੀਂ ਕੋਈ ਕ੍ਰਾਈਮ ਨਹੀਂ ਕਰ ਰਹੇ, ਨੰਬਰ 1, ਅਗਰ ਜੇ ਉਹ ਵਾਕਈ ਜੈਨੂਅਨ ਹੋਣਗੇ ਤੇ ਡਾਕੂਮੈਂਟ ਤੁਹਾਨੂੰ ਦੇਣਗੇ ਕਿਸੇ ਨਾ ਕਿਸੇ ਤਰੀਕੇ ਨਾਲ, ਤੁਹਾਨੂੰ ਸੈਟੀਸਫਾਈ ਕਰਨਗੇ। ਅਗਰ ਲੇਕਿਨ ਤੁਸੀਂ ਅਗਰ ਡਾਕੂਮੈਂਟੇਸ਼ਨ ਉਹਨਾਂ ਤੋਂ ਨਹੀਂ ਮੰਗੋਗੇ ਤੇ ਉਹਨਾਂ ਨੂੰ ਪਤਾ ਹੈ ਕਿ ਤੁਸੀਂ ਆਲਰੇਡੀ ਇਗਨੋਰੈਂਟ ਹੋ, ਤੁਹਾਨੂੰ ਨੌਲੇਜ ਨਹੀਂ ਹੈ ਕੈਨੇਡਾ ਦੇ ਬਾਰੇ, ਤੁਹਾਨੂੰ ਬੇਵਕੂਫ ਬਹੁਤ ਹੀ ਈਜ਼ਲੀ ਬਣਾਇਆ ਜਾ ਸਕਦਾ। ਦੂਸਰਾ ਕਿ ਜੋ ਵੀ ਕੋਈ ਪੈਸੇ ਦਾ ਲੈਣ ਦੇਣ ਕਰ ਰਹੇ ਹੋ, ਪੈਸੇ ਦੇ ਰਹੇ ਹੋ ਦੇ ਰਹੇ, ਆਲਵੇਜ਼ ਗਿਵ ਬਾਏ ਚੈੱਕ ਐਂਡ ਕੀਪ ਅ ਟਰੈਕ ਆਫ ਕਿ ਵੀ ਪੈਸੇ ਕਿਹੜੇ ਪਰਪਸ ਲਈ ਦਿੱਤੇ ਜਾ ਰਹੇ ਹੈ। ਆਹ ਜਿਹੜਾ ਸਿਸਟਮ ਹੈ ਕਿ ਲੜਕੀ ਦੀ ਪੜ੍ਹਾਈ ਲਈ ਆਪਾਂ ਖਰਚਾ ਕਰ ਰਹੇ ਹਾਂ ਕਿ ਵੀ ਮੇਰੇ ਮੁੰਡੇ ਨੂੰ ਤੁਸੀਂ ਨਾਲ ਲਿਜਾਓਗੇ, ਦਿਸ ਇਜ਼ ਰੋਂਗ, ਐਬਸੋਲੂਟਲੀ ਰੋਂਗ, ਦਿਸ ਇਜ਼ ਕਾਲ ਮੈਰਿਜ ਆਫ ਕਨਵੀਨੀਅੰਸ। ਇਹ ਮਤਲਬ ਕਿ ਆਈ ਐਮ ਨੋਟ ਸਰਪ੍ਰਾਈਜ਼ ਬਿਕੋਜ਼ ਆਈ ਡੂ ਸਪਾਊਸ ਵੀਜ਼ਾ ਰੈਗੂਲਰਲੀ, ਤੇ ਕਈ ਵਾਰ ਸਾਡੇ ਜਿਹੜੇ ਕਲਾਇੰਟਾਂ ਦਾ ਕੈਂਡੀਡੇਟ ਦਾ ਇੰਟਰਵਿਊ ਆਉਂਦਾ ਹੈ ਤੇ ਮੈਨੂੰ ਪਤਾ ਹੈ ਕਿ ਵੀਜ਼ਾ ਆਫਿਸਰ ਆਪਣਾ ਕੰਮ ਕਰ ਰਹੇ ਹੈ ਜਸਟ ਟੂ ਇਨਵੈਸਟੀਗੇਟ, ਜਸਟ ਟੂ ਫਾਇੰਡ ਆਊਟ ਮੋਰ। ਉਹ ਪਤਾ ਕਰਨਾ ਚਾਹੁੰਦੇ ਕਿ ਵੀ ਵਾਕਈ ਅੰਦਰੂਨੀ ਗੱਲ ਕੀ ਹੈ, ਕਿਉਂਕਿ ਉੱਪਰ ਤੋਂ ਲਿਖਿਆ ਆਈ ਲਵ ਯੂ ਤੇ ਅੰਦਰ ਦੀ ਗੱਲ ਕੀ ਹੈ, ਅੰਦਰ ਹੋ ਕੀ ਰਿਹਾ ਹੈ। ਇਸ ਕਰਕੇ ਫਿਰ ਉਹ ਇੰਟਰਵਿਊ ਲਈ ਕਾਲ ਕਰਦੇ ਹੈ ਤੇ ਇੰਟਰਵਿਊ ਦੇ ਅੱਜ ਕੱਲ੍ਹ ਤੁਹਾਨੂੰ ਪਤਾ ਹੈ ਕਿ ਮੇਰੇ ਖਿਆਲ ਹੈ ਕਿ 40-50% ਕੇਸਿਸ ਦੇ ਇੰਟਰਵਿਊ ਆ ਰਹੇ ਹੈ ਅੱਜ ਕੱਲ੍ਹ, ਮਤਲਬ ਕਾਫੀ ਲੋਕਾਂ ਦੇ ਇੰਟਰਵਿਊ ਆ ਰਹੇ ਹੈ। ਬਹੁਤ ਹੀ ਰੇਅਰ ਕੇਸ ਹੈ ਜਿੱਥੇ ਪੰਜਾਬ ਦੇ ਕੇਸ ਜਿਹੜੇ ਇੰਟਰਵਿਊ ਨਹੀਂ ਕਰਦੇ, ਮਤਲਬ ਦੇ ਮਸਟ ਬੀ ਸਮ ਅਫਕੋਰਸ, ਪਰ ਇਹ ਤੁਸੀਂ ਦੇਖ ਲਓ ਜਿਹੜਾ ਬੈਂਗਲੌਰ ਵੀਜ਼ਾ ਆਫਿਸ ਹੈ ਉੱਥੇ ਤੇ ਇੰਟਰਵਿਊ ਮੈਂ ਕਦੇ ਸੁਣਿਆ ਨਹੀਂ, ਮੇਰੇ ਕਈ ਕੇਸ ਉੱਥੇ ਮੈਂ ਲਾਏ ਹਾਂ, ਲੇਕਿਨ ਬੰਗਲੌਰ ਸਾਊਥ ਇੰਡੀਆ ਵਾਲੇ ਕੇਸਿਸ ਬਹੁਤ ਹੀ ਰੇਅਰਲੀ ਇੰਟਰਵਿਊ ਕਰਦੇ ਹੈ। ਸੋ ਇੱਥੇ ਤੇ ਪੰਜਾਬ ਦਾ ਕੇਸ ਤੇ ਇੰਟਰਵਿਊ ਨਾ ਆਏ ਤੇ ਲੱਗਦਾ ਕਿ ਪਤਾ ਨਹੀਂ ਕੋਈ ਬਹੁਤ ਹੀ ਕੋਈ ਰੇਅਰ ਚੀਜ਼ ਹੋ ਗਈ ਹੈ, ਮਿਰੇਕਲ ਹੋ ਗਿਆ। And no wonder they are very highly sensitive ਕਿ ਵੀ ਹੋ ਕੀ ਰਿਹਾ ਉਹਨਾਂ ਨੂੰ। ਉਹ ਜਿਹੜੇ ਵੀਜ਼ਾ ਆਫਿਸਰ ਹੈ ਉਹ ਕੋਈ ਅੱਖਾਂ ਤੇ ਕੋਈ ਚਸ਼ਮਾ ਲਾ ਕੇ ਤੇ ਬੈਠਾ ਨਹੀਂ ਹੈ ਕਿ ਵੀ ਉਹਨਾਂ ਨੂੰ ਪਤਾ ਨਹੀਂ, ਅਖਬਾਰ ਵੀ ਰੋਜ਼ ਪੜ੍ਹਦੇ ਹੈ, ਮੀਡੀਆ ਦੇਖ ਰਹੇ ਹੈ, ਯੂਟਿਊਬ ਦੇਖ ਰਹੇ ਹੈ, ਸਭ ਦੇਖ ਰਹੇ ਹੈ, ਅਖਬਾਰਾਂ 'ਚ ਐਡ ਆ ਰਹੀ ਹੈ ਵੀ ਕੈਨੇਡਾ ਦਾ ਕੋਈ ਰਿਸ਼ਤਾ ਮਿਲ ਜਾਏ ਜੀ। ਸਪਾਊਸ ਵੀਜ਼ਾ ਵਾਲੇ ਖੁਦ ਕਹਿ ਰਹੇ ਹੈ, ਜਿਹੜੇ ਇਮੀਗ੍ਰੇਸ਼ਨ ਕੰਸਲਟੈਂਟ ਵਗੈਰਾ ਖੁਦ ਆਪ ਹੀ ਕਹਿ ਰਹੇ ਕਿ ਜੀ ਮੈਰਿਜ ਕਰਾਓ ਤੇ ਆਪਣੇ ਇਹਨੂੰ ਲੜਕੇ ਆ ਲੜਕੀ ਨੂੰ ਲੜਕੇ ਨੂੰ ਲੈ ਕੇ ਜਾਓ। ਸੋ ਉਹ ਆਪ ਕਹਿ ਰਹੇ ਤੇ ਇਹ ਆਲਰੇਡੀ ਇੱਕ ਇਨਸੈਂਟਿਵ, ਇੱਕ ਸਿਸਟਮ ਕ੍ਰੀਏਟ ਹੋ ਗਿਆ ਕਿ ਬਈ ਇਹ ਬਹੁਤ ਹੀ ਸੌਖਾ ਤਰੀਕਾ ਹੈ ਜੀ, ਆਪਾਂ ਕੁੜੀ ਦਾ ਜਿਹੜਾ ਇਨਵੈਸਟਮੈਂਟ ਕਰੀਏ ਜੀ, ਪੈਸੇ ਦੇ ਕਰ, ਫੀਸ ਦੇ ਕਰ, ਉਹ ਕਰੀਏ ਤੇ ਨਾਲ ਮੇਰੇ ਮੁੰਡੇ ਲੈ ਜਾਏਗਾ। ਦਿਸ ਇਜ਼ ਰੋਂਗ, ਦਿਸ ਇਜ਼ ਐਬਸੋਲੂਟਲੀ ਰੋਂਗ, ਬਿਲਕੁਲ ਰੋਂਗ ਸਿਸਟਮ ਹੈ ਸਰ ਜੀ। ਹੁਣ ਪਤਾ ਹੈ, ਆਈ ਮੀਨ ਵੀ ਨੋ ਦਿਸ ਰੋਂਗ, ਪਰ ਮੇਰੇ ਕਹਿਣ ਕਰਕੇ ਨਾ ਕਿਸੇ ਨੇ ਸੁਧਰਨਾ ਹੈ ਨਾ ਕੁਛ ਹੈ, ਪਰ ਐਟਲੀਸਟ ਇੱਕ ਮੈਰਿਜ ਫਰੋਡ ਤੋਂ ਜਿਸ ਤਰ੍ਹਾਂ ਦੇ ਕੇਸ ਆਇਆ ਡੇਲੀ ਪੋਸਟ ਵਿੱਚ, ਇਸ ਤਰ੍ਹਾਂ ਤੁਸੀਂ ਐਟਲੀਸਟ ਆਪਣੇ ਆਪ ਨੂੰ ਪ੍ਰੀਵੈਂਸ਼ਨ ਵਿੱਚ ਲਾ ਦੋਗੇ। ਦੈਟਸ ਆਲ ਆਈ ਹੈਵ ਟੂ ਸੇ। ਬਟ ਮੈਂ ਤੁਹਾਨੂੰ ਆਈ ਹੈਵ ਟੂ ਟੈਲ ਯੂ ਅ ਸਟੋਰੀ ਸਰ, ਬੜੀ ਨਜ਼ਦੀਕ ਤੋਂ ਦੇਖੀ ਹੈ ਮੈਂ ਸਟੋਰੀ। ਅੱਜ ਦੀ ਡੇਟ ਦੇ ਵਿੱਚ ਸਿਰਫ ਬੱਚੇ ਹੀ, ਜਿਹੜੀ ਲੜਕੀਆਂ ਨੇ ਜਾਂ ਲੜਕੇ ਨੇ, ਉਹੀ ਨਹੀਂ ਆਪਾਂ ਕਹਿੰਦੇ ਕਿ ਸਿਰਫ ਆਪਾਂ ਨੂੰ ਇੱਕ ਨਿਊਜ਼ ਪੇਪਰ ਵਿੱਚ ਐਡ ਦੇ ਦਈਏ ਕਿ ਵੀ ਨੀਡ ਅ ਬ੍ਰਾਈਡ, ਕਿ ਜਿਹਨੂੰ ਅਸੀਂ ਸਟੱਡੀ ਵੀਜ਼ੇ ਤੇ ਬਾਹਰ ਭੇਜ ਕੇ ਖੁਦ ਅਸੀਂ ਉਹਦੇ ਥਰੂ ਨਿਕਲ ਜਾਈਏ। ਅੱਜ ਦੀ ਡੇਟ ਦੇ ਅੰਦਰ ਲੜਕੀ ਵਾਲੇ ਜਿਹੜੇ ਨੇ ਖੁਦ ਇਹ ਲੱਭਦੇ ਨੇ, ਖੁਦ ਐਡਵਰਟਾਈਜ਼ਮੈਂਟ ਦਿੰਦੇ ਨੇ ਕਿ ਸਾਡੀ ਲੜਕੀ ਨੇ ਆਇਲਸ ਕਰ ਲਈ ਹੈ ਜਾਂ ਉਹਦੇ 6.5 ਬੈਂਡ ਆ ਗਏ ਨੇ। ਦੇ ਆਰ ਪੁਟਿੰਗ ਮੈਟ੍ਰੀਮੋਨੀਅਲਸ ਐਵਰੀ ਟਾਈਮ ਔਨ, ਯੂ ਕੈਨ ਸੀ ਲਾਈਕ ਐਵਰੀ ਨਿਊਜ਼ ਪੇਪਰ ਉਹਦੇ 'ਚ ਲਿਖਿਆ ਹੁੰਦਾ। ਖੁਦ ਵੀ ਲੜਕੀਆਂ ਖੁਦ ਕਹਿੰਦੀਆਂ ਨੇ ਵੀ ਅਸੀਂ ਆਇਲਸ ਕਰ ਲਿਆ, ਸਾਡੇ ਉੱਤੇ ਇਨਵੈਸਟਮੈਂਟ ਕੀਤੀ ਜਾਵੇ ਤੇ ਅਸੀਂ ਤੁਹਾਡੇ ਲੜਕੇ ਨੂੰ ਬਾਹਰ ਲੈ ਜਾਵਾਂਗੇ। ਇਟ ਇਜ਼ ਲਾਈਕ ਵਾਈਸ ਵਰਸਾ ਥਿੰਗ, ਜੇ ਲੜਕਾ ਉਹਨੂੰ ਇਗਨੋਰ, ਜੇ ਲੜਕਾ ਖੁਦ ਇਹੋ ਜਿਹੇ ਬੰਦੇ ਤਲਾਸ਼ ਕਰਦਾ ਹੈ ਤੇ ਲੜਕੀਆਂ ਵੀ ਤਲਾਸ਼ ਕਰ ਰਹੀਆਂ ਨੇ ਇਹਦੇ ਨਾਲ ਦੀਆਂ, ਸੇਮ ਟੂ ਸੇਮ। ਦੇਰ ਵਾਜ਼ ਅ ਵੈਰੀ ਇੰਟਰਸਟਿੰਗ ਸਟੋਰੀ ਆਈ ਕੇਮ ਅਕ੍ਰੋਸ। ਇੱਕ ਸਕੂਲ ਦੀ ਟੀਚਰ ਸੀ, ਉਹਦਾ ਸਕੂਲ ਦੇ ਲੜਕੇ ਦੇ ਨਾਲ ਹੀ ਕੋਈ ਇਸ਼ਕ ਮਜ਼ਾਜ਼ੀ ਚੱਲ ਰਹੀ ਸੀ।
The student was around 16 to 17 years old. He was in class 2. ਤੇ ਜਿਹੜੀ ਲੜਕੀ ਸੀ ਸ਼ੀ ਵਾਸ ਅ ਟੀਚਰ ਦੇਅਰ ਸ਼ੀ ਵਾਸ ਅਰਾਊਂਡ 28 29 ਇਅਰਸ ਓਲਡ ਮਤਲਬ ਕਿ ਅੱਧੇ ਤੋਂ ਜ਼ਿਆਦਾ ਉਮਰ ਦਾ ਡਿਫਰੈਂਸ ਸੀ ਐਂਡ ਦੇ ਹੈਵ ਮੇਡ ਅ ਪਲਾਨ ਦੇ ਹੈਵ ਮੇਡ ਅ ਪਲਾਨ ਕਿ ਅਸੀਂ ਆਪਾਂ ਇਧਰੋਂ ਦੀ ਜਿਹੜਾ ਹੈਗੇ ਆਪਾਂ ਮੂਵ ਕਰ ਜਾਾਂਗੇ ਕੈਨੇਡਾ ਹੁਣ ਪ੍ਰੋਬਲਮ ਆਉਂਦੀ ਸੀ ਜੀ ਫਾਈਨੈਂਸ ਦੀ ਸਮ ਹਾਓ ਗਰਲ ਮੈਨੇਜਡ ਕਿ ਉਹ ਇੱਕ ਅੱਛੇ ਲੜਕੇ ਨਾਲ ਕਿਸੇ ਰਈਸ ਲੜਕੇ ਦੇ ਨਾਲ ਮੈਰਿਜ ਕਰਾ ਲਵੇ ਤੇ ਉਹ ਫਿਰ ਵਿਦ ਇਨ 2 ਔਰ 3 ਮੰਥਸ ਇਨਟੇਕ ਦੇ ਵਿੱਚ ਆਪਣੇ ਆਪਣਾ ਕੇਸ ਲਗਾ ਕੇ ਤਾਂ ਇੱਥੋਂ ਰਫੂ ਚੱਕਰ ਹੋ ਜਾਏਗੀ ਐਂਡ ਸੇਮ ਪਲੈਨਿੰਗ ਵਾਸ ਆਫ ਦ ਗਾਏ ਕਿਉਂਕਿ ਉਹ ਇਨ ਇਸ ਉਮਰ ਵਿੱਚ ਮੈਰਿਜ ਤਾਂ ਕਰ ਨਹੀਂ ਸਕਦੇ ਬਿਕੋਜ਼ ਅੱਧੇ ਤੋਂ ਜ਼ਿਆਦਾ ਉਮਰ ਦਾ ਡਿਫਰੈਂਸ ਹੈਗਾ ਬਟ ਇਸ਼ਕ ਮਜ਼ਾਜ਼ੀ ਪੂਰੇ ਜ਼ੋਰਾਂ ਤੇ ਸੀ ਉਹਨਾਂ ਦੀ ਸੋ ਦਿਸ ਇਜ਼ ਵਾਟ ਦੇ ਹੈਵ ਮੇਡ ਅ ਪਲਾਨ ਜਿਹੜੀ ਲੜਕੀ ਸੀ ਉਹ ਇਸ ਪਲਾਨ ਵਿੱਚ ਬਹੁਤ ਹੀ ਜ਼ਿਆਦਾ ਬੈਡਲੀ ਤਰੀਕੇ ਨਾਲ ਫੇਲ ਹੋ ਗਈ ਕਲੇਮਿੰਗ ਟੂ ਵਿੱਚ ਉਹ ਲੜਕਾ ਵੀ ਇੱਥੇ ਹੀ ਰਹਿ ਗਿਆ ਕੈਨੇਡਾ ਚਲੇ ਜਾਵਾਂਗੇ ਤੇ ਇਹ ਵੀ ਉਹ ਗਲਤ ਸੋਚਦੇ ਨੇ ਕੈਨੇਡੀਅਨ ਸਿਸਟਮ ਇਜ਼ ਗੋਇੰਗ ਟੂ ਟਰੈਕ ਯੂ ਐਵਰੀਵੇਅਰ ਜੇ ਤੁਸੀਂ ਕੈਨੇਡਾ ਵਿੱਚ ਜਾ ਕੇ ਵੀ 16 ਸਾਲ ਔਰ 29 ਸਾਲ ਦੇ ਵਿੱਚ ਤੁਸੀਂ ਵਿਆਹ ਕਰਾ ਰਹੇ ਹੋ ਤੇ ਕੈਨੇਡਾ ਇਹ ਹੈਪਨ ਨਹੀਂ ਹੁੰਦੇਗਾ ਇਹ ਮੈਂ ਬੜੇ ਆਰਾਮ ਨਾਲ ਕਹਿ ਰਿਹਾ ਵੀ ਹਰੇਕ ਨੂੰ ਵੀ ਤੁਸੀਂ ਵੀ ਸਾਰੇ ਜਿੰਨੇ ਵੀ ਸਾਡੇ ਮੇਰੇ ਦਰਸ਼ਕ ਨੇ ਦੇਖ ਰਹੇ ਨੇ ਇਹ ਤੁਸੀਂ ਆਪਣੇ ਕੰਨ ਖੋਲ ਕੇ ਸੁਣ ਲਓ ਵੀ ਦਿਸ ਇਜ਼ ਨਾਟ ਗੋਇੰਗ ਟੂ ਹੈਪਨ ਇਹ ਕੁਛ 4-5 ਦਿਨ ਪਹਿਲਾਂ ਇੱਕ ਹੋਰ ਵੀਡੀਓ ਆਈ ਹੈ ਇੱਕ ਕੋਈ ਚਾਚਾ ਆਪਣੀ ਭਤੀਜੀ ਨਾਲ ਸ਼ਾਦੀ ਕਰ ਰਿਹਾ ਸੀ ਉਹ ਆਪਣੀ ਫਸਟ ਵਾਈਫ ਨੂੰ ਛੋੜ ਕੇ ਤੇ ਈਵਨ ਉਹਦੇ ਵੀ ਡ੍ਰੀਮਸ ਜਿੱਥੇ ਤੱਕ ਵੀਡੀਓ ਦੇਖ ਕੇ ਪਤਾ ਚੱਲ ਰਿਹਾ ਕਿ ਡ੍ਰੀਮਸ ਉਹਦੇ ਇਹੀ ਸੀ ਕਿ ਸਿਰਫ ਉਹਨੇ ਜਾ ਕੇ ਕੈਨੇਡਾ ਸੈਟਲ ਹੋਣਾ ਐਂਡ ਜਿਹੜੀ ਉਹਦੀ ਭਤੀਜੀ ਸੀ ਸ਼ੀ ਵਾਸ ਗੋਇੰਗ ਔਨ ਅ ਸਟੂਡੈਂਟ ਵੀਜ਼ਾ ਉਹ ਵੀ ਕੈਨੇਡਾ 'ਚ ਤੇ ਜਿਹੜਾ ਚਾਚਾ ਉਹ ਮੈਰਿਜ ਕਰਵਾ ਕੇ ਫੋਟੋਗ੍ਰਾਫਸ ਖਿੱਚ ਕੇ ਤੇ ਆਪਣੇ ਪ੍ਰੂਫ ਸਾਰੇ ਬਣਾ ਕੇ ਆਪਣੀ ਵਾਈਫ ਨੂੰ ਉੱਥੇ ਡੰਪ ਕਰਕੇ ਤੇ ਉਸ ਉਹਦਾ ਵੀ ਡ੍ਰੀਮ ਇਹੀ ਸੀ ਕਿ ਉੱਥੇ ਸ਼ਾਇਦ ਚਲਾ ਜਾਵੇ ਬਟ ਦਿਸ ਇਜ਼ ਰੋਂਗ ਦਿਸ ਕੈਨੋਟ ਬੀ ਹੈਪਨਡ ਐਟ ਐਨੀ ਕੋਸਟ ਤੁਸੀਂ ਇੱਥੇ ਕਿਸੇ ਦਾ ਘਰ ਖਰਾਬ ਕਰੋਗੇ ਆਪਣਾ ਘਰ ਖਰਾਬ ਕਰੋਗੇ ਕਿਸੇ ਦੇ ਪੈਸੇ ਖਰਾਬ ਕਰੋਗੇ ਮੇਰੇ ਖਿਆਲ ਵਿੱਚ ਤੁਸੀਂ ਬਿਲਕੁਲ ਠੀਕ ਨਹੀਂ ਕਰੋਗੇ ਐਂਡ ਨੰਬਰ 2 ਜੇ ਤੁਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਕਿਸੇ ਨੂੰ ਚੀਟ ਕਰਕੇ ਕੈਨੇਡਾ ਪਹੁੰਚ ਵੀ ਜਾਂਦੇ ਹੋ ਤੇ ਤੁਹਾਨੂੰ ਲੋਕਾਂ ਨੂੰ ਕੈਨੇਡਾ ਤੋਂ ਬੁਲਾਉਣਾ ਇਟ ਇਜ਼ ਨਾਟ ਦੈਟ ਟਫ ਮੇਰੇ ਖਿਆਲ ਦੇ ਵਿੱਚ ਹਾਂ ਜਿਹੜੇ ਲੋਕਾਂ ਨੂੰ ਸਿਸਟਮ ਨਹੀਂ ਪਤਾ ਉਹਨਾਂ ਨੂੰ ਕੈਨੇਡਾ ਤੋਂ ਕੰਪਲੇਂਟ ਕਰਨਾ ਜਾਂ ਉਹਨਾਂ ਨੂੰ ਉੱਥੋਂ ਦੀ ਵਾਪਸ ਬੁਲਾਉਣਾ ਇੰਡੀਆ ਦੇ ਵਿੱਚ ਉਹਨਾਂ ਲਈ ਟਫ ਹੋਏਗਾ ਬਟ ਦੋਜ਼ ਹੂ ਨੋਜ਼ ਦ ਸਿਸਟਮ ਉਹਨਾਂ ਲਈ ਕਿਸੇ ਦੀ ਕੰਪਲੇਂਟ ਕਰਕੇ ਕਿਸੇ ਨੂੰ ਵਾਪਸ ਸੱਦਣਾ ਇਟ ਇਜ਼ ਨਾਟ ਦੈਟ ਟਫ ਸੋ ਮੇਰੇ ਮੈਂ ਤਾਂ ਦਰਸ਼ਕਾਂ ਨੂੰ ਬਾਰ ਬਾਰ ਇਹੀ ਗੱਲਾਂ ਕਰਨਾ ਚਾਹਾਂਗਾ ਕਿ ਤੁਸੀਂ ਕੁਛ ਵੀ ਫਰੋਡ ਨਾ ਕਰੋ ਜੇ ਤੁਸੀਂ ਐਲੀਜੀਬਲ ਹੈਗੇ ਹੋ ਤਾਂ ਤੁਸੀਂ ਅਪਲਾਈ ਕਰੋ ਐਂਡ ਇਨਸ਼ਾਅੱਲਾ ਤੁਹਾਨੂੰ ਵੀਜ਼ਾ ਵੀ ਮਿਲੇਗਾ ਬਟ ਜੇ ਤੁਸੀਂ ਸੋਚਦੇ ਹੋ ਕਿ ਅਸੀਂ ਕਿਸੇ ਨੂੰ ਚੀਟ ਕਰਕੇ ਅਬਰੋਡ ਚਲੇ ਜਾਈਏ ਤਾਂ ਦਿਸ ਅਰਥ ਇਜ਼ ਰਾਊਂਡ ਵਟ ਐਵਰ ਯੂ ਆਰ ਗੋਇੰਗ ਟੂ ਪੁੱਟ ਟੂ ਸਮਵਨ ਇਟ ਇਜ਼ ਗੋਇੰਗ ਟੂ ਕਮ ਬੈਕ ਟੂ ਯੂ ਓਨਲੀ ਸੋ ਜੋ ਅਸੀਂ ਯੂਨੀਵਰਸ ਵਿੱਚ ਪਾਵਾਂਗੇ ਉਹੀ ਆਪਾਂ ਨੂੰ ਮਿਲੇਗਾ ਯੂ ਇਫ ਯੂ ਆਰ ਗੋਇੰਗ ਟੂ ਚੀਟ ਯੂ ਵਿਲ ਬੀ ਕਮਿੰਗ ਬੈਕ ਵੈਰੀ ਈਜ਼ੀਲੀ ਬਹੁਤ ਸੌਖੇ ਤਰੀਕੇ ਨਾਲ ਤੁਸੀਂ ਲੋਕ ਵਾਪਸ ਆਓਗੇ ਐਂਡ ਯੂ ਵੋਂਟ ਬੀ ਏਬਲ ਟੂ ਗੋ ਟੂ ਐਨੀ ਅਦਰ ਕੰਟਰੀ ਅਗੇਨ ਮੈਂ ਤਾਂ ਐਕਚੁਅਲੀ ਮੈਂ ਸੋਚਦਾ ਕਿ ਜਿਹੜੇ ਵੀਜ਼ਾ ਆਫੀਸਰ ਬੈਠੇ ਆ ਨਾ ਜਿਹੜੇ ਦਿੱਲੀ ਜਿਹੜੇ ਸਪਾਊਸ ਵੀਜ਼ਾ ਸਪੈਸ਼ਲੀ ਕੇਸਿਸ ਵਾਲੇ ਨੂੰ ਚਿੱਠੀ ਕਰ ਕੇ ਬੁਲਾ ਰਹੇ ਕਿ ਆਓ ਤੁਸੀਂ ਇੰਟਰਵਿਊ ਲਿਆਓ ਉਹਨਾਂ ਦਾ ਕਿੰਨਾ ਟਫ ਇੱਕ ਐਨਾਲਿਟੀਕਲ ਜੋਬ ਹੈ ਕਿ ਵੀ ਚੈੱਕ ਕਰਨਾ ਕਿ ਵੀ ਇਹਦੇ ਵਿੱਚ ਕੋਈ ਫਰੋਡ ਤਾਂ ਨਹੀਂ ਹੈ ਆਈ ਐਮ ਸ਼ੋਰ ਦੇ ਆਰ ਆਲਸੋ ਹਿਊਮਨ ਸਮਟਾਈਮਸ ਦੇ ਮੇਕ ਮਿਸਟੇਕਸ ਪਰ ਜਿੱਥੇ ਤੱਕ ਉਹਨਾਂ ਨੇ ਉਹਨਾਂ ਨੂੰ ਪਤਾ ਹੈ ਕਿ ਵੀ ਮੈਰਿਜ ਦੋ ਤਿੰਨ ਜਿਹੜੇ ਰੈਡ ਅਲਰਟ ਹੁੰਦੇ ਆ ਬਾਕੀ ਉਹਦੇ ਬਾਰੇ ਵੀ ਮੈਂ ਕਈ ਹੋਰ ਵੀਡੀਓ ਵੀ ਬਣਾਈ ਹੋਈ ਹੈ ਇਹਦੇ ਬਾਰੇ ਅਗਰ ਤੇ ਹਸਬੈਂਡ ਵਾਈਫ ਦਾ ਇੱਕ ਕੋਹੈਬੀਟੇਸ਼ਨ ਨਹੀਂ ਹੈ ਡੈਟ ਮੀਨਸ ਉਹ ਆਪਸ 'ਚ ਰਹੇ ਨਹੀਂ ਜਾਂ ਕਈ ਵਾਰ ਹੁੰਦਾ ਹੈ ਕਿ ਵੀ ਕੁੜੀ ਆਈ ਜੀ ਕੈਨੇਡਾ ਤੋਂ ਅੱਜ ਮੈਰਿਜ ਹੋਈ ਜੀ ਦੋ ਦਿਨ ਬਾਅਦ ਹਫ਼ਤੇ ਬਾਅਦ ਜੀ ਕਰਕੇ ਵਾਪਸ ਚਲੀ ਗਈ ਤੇ ਦੇਰ ਇਜ਼ ਨੋ ਫਿਜ਼ੀਕਲ ਲਿਵਿੰਗ ਹਿਸਟਰੀ ਅਗਰ ਜੇ ਫਿਜ਼ੀਕਲ ਲਿਵਿੰਗ ਹਿਸਟਰੀ ਨਹੀਂ ਹੈ ਦੈਟ ਇਜ਼ ਅ ਬਿਗ ਰੈਡ ਅਲਰਟ ਕਿ ਵੀ ਹੈ ਕਿ ਮਾਜਰਾ ਕੀ ਹੈ ਕਿਉਂ ਨਹੀਂ ਰਹੀ ਅੱਛਾ ਦੂਸਰਾ ਕਿ ਮੈਰਿਜ ਅੱਜ ਹੋਈ ਹੈ ਤੇ ਮੈਰਿਜ ਤੋਂ ਪਹਿਲਾਂ ਕੋਈ ਹਿਸਟਰੀ ਨਹੀਂ ਹੈ ਵੀ ਆਪਸ 'ਚ ਕਦੋਂ ਮਿਲੇ ਕਿਸ ਤਰ੍ਹਾਂ ਮਿਲੇ ਕਿਉਂ ਮਿਲੇ ਕੀ ਸਰਕਮਸਟਾਂਸਿਸ 'ਚ ਅਗਰ ਉਹ ਉੱਥੇ ਵੀ ਕੋਈ ਹਿਸਟਰੀ ਨਹੀਂ ਸ਼ੋ ਕਰ ਰਹੀ ਦੈਟਸ ਆਲਸੋ ਰੈਡ ਅਲਰਟ ਤੀਸਰਾ ਹੈ ਕਿ ਇੱਕ ਵਾਰ ਮੈਰਿਜ ਹੋ ਗਈ ਕੁੜੀ ਚਲੀ ਗਈ ਜੀ ਠੀਕ ਹੈ ਕੈਨੇਡਾ ਚਲੀ ਗਈ ਮੁੰਡੇ ਨੇ ਕਿਹਾ ਕਿ ਵੀ ਉਹਦੇ ਕੋਲ ਟਾਈਮ ਨਹੀਂ ਹੈ ਜੀ ਸਮੈਸਟਰ ਪੂਰਾ ਕਰਨਾ ਵਟ ਐਵਰ ਸਾਲ ਹੋ ਗਿਆ ਦੋ ਸਾਲ ਹੋ ਗਏ ਕੁੜੀ ਦੁਬਾਰਾ ਮਿਲ ਆਈ ਨਹੀਂ ਇਹ ਹੈ ਤੀਸਰਾ ਰੈਡ ਅਲਰਟ ਅਗਰ ਇਹ ਰੈਡ ਅਲਰਟ ਤਿੰਨੋਂ ਰੈਡ ਅਲਰਟ ਵਿੱਚ ਇੱਕ ਵੀ ਰੈਡ ਅਲਰਟ ਹੈ 100% ਮੰਨ ਕੇ ਚੱਲੋ ਤੁਹਾਡੀ ਇੰਟਰਵਿਊ ਆਏਗੀ ਦੇ ਆਰ ਗੋਇੰਗ ਟੂ ਫਾਈਂਡ ਆਊਟ ਕਿ ਵੀ ਵਟ ਇਜ਼ ਗੋਇੰਗ ਔਨ ਵਟ ਇਜ਼ ਦ ਰਿਐਲਿਟੀ
And sometimes I mean, without giving any personal details of any clients, ਮੈਂ ਕਈ ਵਾਰ ਇਸ ਤਰ੍ਹਾਂ ਦੇਖਿਆ ਜਿਹਨਾਂ ਨੂੰ ਡਿਜ਼ਰਵ ਨਹੀਂ ਹੁੰਦਾ, ਡਿਜ਼ਰਵ ਨਹੀਂ ਜੇ ਕਰਦੇ ਨਹੀਂ ਸੀ ਜਿਹੜੇ ਸਪਾਊਸ ਵੀਜ਼ਾ, ਉਹਨਾਂ ਨੂੰ ਸਪਾਊਸ ਵੀਜ਼ਾ ਮਿਲਿਆ। ਅਤੇ ਜਿਹੜੇ ਜੈਨੂਅਨ ਕੇਸਿਸ ਹੈ ਜਿੱਥੇ ਬਿਲਕੁਲ ਲੈਲਾ ਮਜਨੂੰ ਟਾਈਪ ਬਿਲਕੁਲ ਜੈਨੂਅਨ ਪਿਆਰ ਸੀ, ਉੱਥੇ ਉਹਨਾਂ ਨੂੰ ਵੀਜ਼ਾ ਨਹੀਂ ਮਿਲਿਆ ਬਿਕੋਜ਼ ਆਫ ਲੈਕ ਆਫ ਸਰਕਮਸਟੈਂਸ਼ੀਅਲ ਐਵੀਡੈਂਸ। ਸਰਕਮਸਟੈਂਸ਼ ਵਿੱਚ ਉਹਨਾਂ ਕੋਲ ਸਬੂਤ ਨਹੀਂ ਸੀ ਕਿ ਵੀ ਅਸੀਂ ਕਿਸ ਤਰ੍ਹਾਂ ਮਿਲੇ ਵਗੈਰਾ। ਸੋ ਐਨੀਵੇ, ਬਿਕੋਜ਼ ਆਫ ਦ ਸਪਾਊਸਲ ਫਰੋਡ ਇਹ ਜਿਹੜੇ ਅਸਲੀ ਕੇਸ ਵੀ ਰਗੜੇ ਜਾ ਰਹੇ ਹੈ। ਸੋ ਆਈ ਫੀਲ ਸਿੰਪੈਥੀ ਫੋਰ ਦੈਮ। ਆਖਰੀ ਗੱਲ ਮੈਂ ਸਿਰਫ ਇੰਨੀ ਕਹਿ ਰਹੀ ਸੀ ਕਿ ਵੀ ਜਿਹੜੇ ਸਪੋਂਸਰਸ਼ਿਪ ਵਾਲੇ ਕੇਸਿਸ ਹੈ ਜਿੱਥੇ ਮਤਲਬ ਕੈਨੇਡੀਅਨ ਸਿਟੀਜ਼ਨ ਜਾਂ PR ਤੋਂ ਸਪੋਂਸਰਸ਼ਿਪ ਆਈ ਹੈ ਮੈਰਿਜ ਕਰਕੇ, ਫਿਰ ਉਹ ਵਾਪਿਸ ਬੰਦਾ ਚਲਾ ਗਿਆ ਕੈਨੇਡਾ ਅਤੇ ਤੁਹਾਡੇ ਤੁਹਾਨੂੰ ਇੱਥੇ ਛੱਡ ਗਿਆ, ਤੁਸੀਂ ਪੰਜਾਬ ਬੈਠੇ ਹੋ, ਸਾਲ ਦੋ ਸਾਲ ਤਿੰਨ ਸਾਲ ਚਾਰ ਸਾਲ, ਕਿਸੇ ਕਿਸੇ ਨੂੰ ਦਸ ਦਸ ਸਾਲ ਵੀ ਹੋ ਗਏ, ਬੰਦੇ ਦਾ ਪਤਾ ਹੀ ਨਹੀਂ ਹੈ ਕਿੱਥੇ ਭੱਜ ਗਿਆ, ਉਹ ਗਾਇਬ ਹੀ ਹੋ ਗਿਆ। ਅਗਰ ਉਸ ਤਰ੍ਹਾਂ ਦਾ ਕੇਸ ਤੁਹਾਡਾ ਹੈ, ਅਗਰ ਸਪੈਸ਼ਲੀ ਨਾ ਕੋਈ ਡਿਵੋਰਸ ਹੋਇਆ, ਨਾ ਕੋਈ ਪੈਸੇ ਦਾ ਰਿਫੰਡ ਤੁਹਾਨੂੰ, ਜਿਹੜਾ ਡਾਊਰੀ ਵਾਰੀ ਜਿਹੜਾ ਤੁਸੀਂ ਖਰਚਾ ਕੀਤਾ ਨਾ ਤੁਹਾਨੂੰ ਉਹਨਾਂ ਨੇ ਪੈਸੇ ਮੋੜੇ, ਅਤੇ ਬੰਦਾ ਗਾਇਬ ਹੀ ਹੋ ਗਿਆ, ਅਗਰ ਇਸ ਤਰ੍ਹਾਂ ਦਾ ਤੁਹਾਡੇ ਕੇਸ ਅਗਰ ਤੁਸੀਂ ਪੀੜਿਤ ਹੋ, ਤਾਂ ਜ਼ਰੂਰ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ। ਮੈਂ ਵਿਦਇਨ ਕੈਨੇਡਾ ਉਹਨਾਂ ਨੂੰ ਤਲਾਸ਼ ਕਰਕੇ ਕੁਛ ਨਾ ਕੁਛ ਸ਼ਾਇਦ ਰੈਜ਼ੋਲੂਸ਼ਨ ਦੀ ਕੋਸ਼ਿਸ਼ ਮੈਂ ਕਰ ਸਕਦਾ। ਆਈ ਕੈਨ ਗਿਵ ਇਟ ਅ ਟ੍ਰਾਈ, ਦੇਰ ਇਜ਼ ਨੋ ਗਰੰਟੀ ਆਫ ਕੋਰਸ, ਅਤੇ ਅਗਰ ਹੋ ਸਕਦਾ ਕਿ ਤੁਹਾਡੀ ਮੈਂ ਹੈਲਪ ਕਰ ਸਕਦਾ ਤਾਂ ਆਈ ਫੀਲ ਵੈਰੀ ਪ੍ਰਿਵਿਲੇਜ, ਇਹੀ ਮੈਂ ਕਹਿਣਾ ਸੀ ਬਸ। ਬਿਲਕੁਲ ਠੀਕ ਹੈ ਸਰ, ਔਰ ਇਸ ਇਸ ਜੇ ਵੀ ਤੁਸੀਂ ਕੋਈ ਸੇਵਾ ਦੇਣਾ ਚਾਹੁੰਦੇ ਹੋ ਇਹਦੇ ਲਈ, ਮੈਂ ਦਰਸ਼ਕਾਂ ਨੂੰ ਕਹਿਣਾ ਚਾਹਾਂਗਾ ਕਿ ਕੁਛ ਵੀ ਤੁਸੀਂ ਕੰਟੈਕਟ ਕਰਨਾ ਚਾਹੁੰਦੇ ਹੋ ਤਾਂ ਯੂ ਕੈਨ ਕੰਟੈਕਟ ਮੀ ਹੇਅਰ ਇਨ ਇੰਡੀਆ ਔਨ ਯੋਰ ਬਿਹਾਫ। ਸੋ ਮਾਈ ਨੰਬਰ ਇਜ਼ 9780026026, 9780026026। ਤੁਸੀਂ ਇਹਦੇ ਤੇ ਕਦੇ ਵੀ ਕੰਟੈਕਟ ਕਰਕੇ ਮੈਨੂੰ ਆਪਣੀ ਜਾਣਕਾਰੀ ਦੇ ਸਕਦੇ ਹੋ, ਤੇ ਬਾਕੀ ਸਰ ਦਾ ਵੀ ਯੂਟਿਊਬ ਚੈਨਲ ਹੈ, ਉਹਦੇ ਤੇ ਨੰਬਰ ਸਰ ਦਾ ਡਾਇਰੈਕਟ ਵੀ ਲਿਖਿਆ ਹੋਇਆ, ਤੁਸੀਂ ਸਾਨੂੰ ਡਾਇਰੈਕਟਲੀ ਵੀ ਕੰਟੈਕਟ ਕਰ ਸਕਦੇ ਹੋ, ਉਹਨਾਂ ਦਾ ਈਮੇਲ ਆਈਡੀ ਵੀ ਰਿਫਲੈਕਟ ਕਰ ਰਿਹਾ। ਐਂਡ ਜਿਸ ਤਰੀਕੇ ਨਾਲ ਵੀ ਕੋਈ ਵੀ ਕਿਸੇ ਤਰੀਕੇ ਦੀ ਤੁਹਾਡੀ ਹੈਲਪ ਹੋਏਗੀ ਅਸੀਂ ਤੁਹਾਨੂੰ ਜ਼ਰੂਰ ਕਰਕੇ ਦੇਵਾਂਗੇ ਜਿੱਥੇ ਤੱਕ ਹੋ ਸਕਦਾ। ਐਂਡ ਆਈ ਹੋਪ ਕਿ ਹੁਣ ਸ਼ਾਇਦ ਸਾਡੇ ਐਕਸ਼ਨ ਵਿੱਚ ਆਉਣ ਦੇ ਨਾਲ ਜਿੰਨੇ ਵੀ ਮੈਰਿਜ ਫਰੋਡਸ ਨੇ ਉਹ ਰੁਕ ਜਾਣ, ਬਹੁਤ ਅੱਛਾ ਹੋਏਗਾ, ਕਿਉਂਕਿ ਕਿਸੇ ਦੀ ਲਾਈਫ ਨੂੰ ਖਰਾਬ ਕਰਕੇ ਜਿਹੜਾ ਆਪਾਂ ਕੈਨੇਡਾ ਦਾ ਸੁਪਨਾ ਦੇਖਦੇ ਹਾਂ ਉਹ ਸਾਕਾਰ ਕਦੇ ਵੀ ਨਹੀਂ ਹੋ ਸਕਦਾ, ਇਹ ਤੁਸੀਂ ਮੰਨ ਕੇ ਚੱਲੋ। ਕਿਉਂਕਿ ਆਏ ਦਿਨ ਆਪਾਂ ਖ਼ਬਰਾਂ 'ਚ ਨੋਰਮਲੀ ਇਹ ਹੁਣ ਰੂਟੀਨ ਬਣ ਚੁੱਕਿਆ, ਕੋਈ ਆਪਣੇ ਭਤੀਜੀ ਨਾਲ ਸ਼ਾਦੀ ਕਰ ਰਿਹਾ, ਕੋਈ 16 ਸਾਲ ਦੇ ਲੜਕੇ ਲਈ ਆਪਣੇ ਹਸਬੈਂਡ ਨੂੰ ਚੀਟ ਕਰ ਰਿਹਾ ਜਸਟ ਬਿਕੋਜ਼ ਕਿ ਉਹਦੀ ਦੌਲਤ ਜਾਂ ਉਹਦਾ ਪੈਸਾ ਯੂਜ਼ ਕਰਕੇ ਤੁਸੀਂ ਕੈਨੇਡਾ ਚਲੇ ਜਾਓਗੇ, ਤਾਂ ਤੁਸੀਂ ਇਹ ਸਾਰੇ ਸੁਪਨੇ ਹੁਣ ਤੁਸੀਂ ਬਿਲਕੁਲ ਹੀ ਭੁੱਲ ਜਾਓ। ਬਿਕੋਜ਼ ਵੀ ਆਰ ਹੇਅਰ ਇਨ ਦ ਮਾਰਕੀਟ ਟੂ ਡੂ ਦੀਸ ਟਾਈਪ ਆਫ ਥਿੰਗਸ, ਸ਼ਾਇਦ ਅੱਜ ਤੱਕ ਕੋਈ ਵੀ ਨਹੀਂ ਕਰ ਰਿਹਾ, ਐਂਡ ਇਟ ਇਜ਼ ਅ ਗੁੱਡ ਕੌਜ਼ ਆਲਸੋ। ਮੈਂ ਤਾਂ ਇਹ ਕਹਾਂਗਾ ਕਿ ਉਸ ਜਿਹੜੀ ਵੀਡੀਓ ਅਸੀਂ ਡੇਲੀ ਪੋਸਟ ਤੇ ਦੇਖੀ ਹੈ, ਉਸ ਬਾਪ ਦੀ ਅੱਖਾਂ ਵਿੱਚ ਇੰਨਾ ਕੁ ਅੰਸੂ ਸੀ, ਇੰਨਾ ਕੁ ਹੰਝੂ ਸੀ ਉਹਦੀ ਅੱਖਾਂ ਦੇ ਵਿੱਚ ਕਿ ਸ਼ਾਇਦ ਉਹ ਜਿੰਦੇ ਜੀ ਕਦੀ ਸੋਚ ਨਾ ਸਕਦਾ ਹੋਵੇ। ਉਹ ਕਹਿ ਰਿਹਾ ਸੀ ਕਿ ਸ਼ਾਇਦ ਇੱਕ ਵਾਰੀ ਮੈਂ ਰੋਇਆ ਸੀ ਜਦੋਂ 1984 ਦੇ ਰਾਈਟਸ ਹੋਏ ਸੀ, ਸੈਕਿੰਡ ਟਾਈਮ ਇਜ਼ ਹੀ ਇਜ਼ ਕਰਾਇੰਗ ਵੈਨ ਹੀ ਹੈਜ਼ ਲੋਸਟ ਹਿਜ਼ ਐਵਰੀਥਿੰਗ। ਉਹ ਆਪਣੀ ਸਾਰੀ ਜ਼ਿੰਦਗੀ ਦੀ ਜੀਵਨ ਪੂੰਜੀ, ਉਹ ਆਪਣੀ ਨੂੰਹ ਜਾਂ ਆਪਣੀ ਵਾਈਫ ਦੀ ਜਿਹੜੀ ਉਹਦੀ ਵਾਈਫ ਹੈ, ਆਪਣੇ ਬੇਟੇ ਦੀ ਵਾਈਫ ਹੈ, ਉਹਨੂੰ ਖੋ ਚੁੱਕਿਆ ਇਸ ਟਾਈਮ। ਸੋ ਹੀ ਵਾਜ਼ ਲਾਈਕ ਇਨ ਅ ਰੀਅਲ ਬੈਡ ਸਿਚੁਏਸ਼ਨ। ਦੇਖੋ ਕਿੰਨਾ ਜ਼ਿਆਦਾ ਇੱਕ ਹਿਊਮੈਨਿਟੀ ਦਾ ਲੋਸ ਹੈ ਇੱਥੇ। ਮੈਂ ਤਾਂ ਇਹ ਕਹੂੰਗਾ ਕਿ ਨਹੀਂ ਹੋਣਾ ਚਾਹੀਦਾ ਇਹ ਸਭ ਕੁਛ, ਬਿਲਕੁਲ ਨਹੀਂ ਹੋਣਾ ਚਾਹੀਦਾ। ਤੇ ਇਹ ਇਸੇ ਤਰੀਕੇ ਨਾਲ ਮਸਲੇ ਉਜਾਗਰ ਹੁੰਦੇ ਰਹਿਣ, ਤੇ ਇਹ ਲੋਕ ਕੁਛ ਸੋਚਦੇ ਨੇ ਕਿ ਮਸਲੇ ਨੂੰ ਉਜਾਗਰ ਨਾ ਕਰੀਏ ਕਿ ਸ਼ਾਇਦ ਸਾਡੀ ਬੇਇੱਜ਼ਤੀ ਹੋਵੇਗੀ, ਤਾਂ ਮੈਂ ਉਹਨਾਂ ਨੂੰ ਇਹ ਵੀ ਗੱਲ ਦੱਸਣਾ ਚਾਹਾਂਗਾ ਕਿ ਦਿਸ ਇਜ਼ ਨੋਟ ਐਨ ਇਨਸਲਟ, ਇਹ ਤੁਹਾਡੀ ਜਾਗਰੂਕਤਾ ਹੈ। ਸ਼ਾਇਦ ਇਹ ਜੇ ਤੁਸੀਂ ਬਾਹਰ ਨਿਕਲ ਕੇ ਆਓਗੇ, ਤੁਸੀਂ ਸਕਾਈਪ ਤੇ ਗੱਲ ਕਰੋਗੇ ਜਾਂ ਇੰਟਰਵਿਊ ਦਿਓਗੇ ਕਿਸੇ ਚੈਨਲ ਵਾਲਿਆਂ ਨੂੰ, ਤੇ ਸ਼ਾਇਦ ਕਿਸੇ ਹੋਰ ਦੀ ਲਾਈਫ ਸੇਵ ਹੋ ਜਾਏ। ਸੋ ਦਿਸ ਇਜ਼ ਵਾਟ ਆਈ ਹੈਵ ਟੂ ਸੇ ਆਲ ਅਬਾਊਟ। ਤੇ ਜਿੰਨਾ ਤੁਸੀਂ ਜਾਗਰੂਕ ਰਹੋਗੇ, ਜਿੰਨਾ ਤੁਸੀਂ ਸਾਡੇ ਕੰਟੈਕਟ ਵਿੱਚ ਕੋਈ ਵੀ ਤੁਹਾਡੀ ਇਨਕੁਆਇਰੀ ਹੈਗੀ ਤੁਸੀਂ ਕਰਨਾ ਚਾਹੁੰਦੇ ਹੋ, ਤੁਸੀਂ ਜ਼ਰੂਰ ਕਰੋ। ਐਂਡ ਜਿੱਥੇ ਤੱਕ ਤੁਹਾਡੀ ਹੈਲਪ ਹੋ ਸਕਦੀ ਹੈ ਟਿਲ ਕੈਨੇਡਾ ਤੱਕ, ਅਸੀਂ ਤੁਹਾਡੀ ਬਿਲਕੁਲ ਹੈਲਪ ਕਰਕੇ ਦੇਵਾਂਗੇ। ਤੁਸੀਂ ਕੁਝ ਹੋਰ ਵੀ ਮੈਨੂੰ ਦੱਸ ਰਹੇ ਸੀ ਕਿ ਇਮੀਗ੍ਰੇਸ਼ਨ ਕੰਸਲਟੈਂਟ ਜਿਹੜੇ ਪੰਜਾਬ ਬੈਠੇ ਆ, ਜਿਹੜੇ ਸਪਾਊਸ ਵੀਜ਼ਾ ਵਾਲਾ ਐਪਲੀਕੇਸ਼ਨ ਪੁੱਟ ਅਪ ਕਰ ਰਹੇ ਆ, ਕਈਆਂ ਨੂੰ ਤੇ ਪਤਾ ਹੈ ਇਹਦੇ ਵਿੱਚ ਵੀ। ਹਾਂਜੀ ਹਾਂਜੀ ਹਾਂਜੀ, ਮੈਂ ਇਹਦੇ ਤੇ ਕੁਝ ਮੈਂ ਕੁਝ ਜਾਣਨਾ ਪਾਵਾਂਗਾ। ਇੱਕ ਕੇਸ ਸੀ ਅੰਮ੍ਰਿਤਸਰ ਤੋਂ, ਕੋਈ IRCC ਦਾ ਹੀ ਕੰਸਲਟੈਂਟ ਹੈ, ਆਈ ਵੋਂਟ ਟੇਕ ਹਿਸ ਨੇਮ। ਉਹਨਾਂ ਨੇ ਉਸ ਬੱਚੇ ਦੀ ਐਪਲੀਕੇਸ਼ਨ ਫਾਈਲ ਕੀਤੀ ਤੇ ਉਸ ਐਪਲੀਕੇਸ਼ਨ ਦਾ ਰਿਜ਼ਲਟ ਜਿਹੜਾ ਸੀ ਡਿਕਲਾਈਨ ਹੋ ਗਿਆ, ਐਂਡ ਹਿਸ ਵੀਜ਼ਾ ਵਾਸ ਰਿਫਿਊਜ਼ਡ। ਉਸ IRCC ਕੰਸਲਟੈਂਟ ਨੇ ਇਹ ਜਾਣਕਾਰੀ ਜਿਹੜੀ ਆ ਉਸ ਕਲਾਇੰਟ ਨੂੰ ਨਾ ਦੇ ਕੇ
ਉਹਦਾ ਕੇਸ ਰੀਅਪਲਾਈ ਕਰ ਦਿੱਤਾ ਵੈਨ ਦ ਕੇਸ ਵਾਸ ਰੀਅਪਲਾਈਡ ਵੈਨ ਦ ਕੇਸ ਵਾਸ ਰੀਅਪਲਾਈਡ ਹੀ ਹੈਡ ਐਨ ਇੰਟਰਵਿਊ ਜਿਵੇਂ ਤੁਸੀਂ ਪਹਿਲਾਂ ਦੱਸ ਰਹੇ ਸੀ ਕਿਉਂਕਿ ਕੁਛ ਕੁਛ ਸਿਗਨਲਸ ਹੋ ਜਾਂਦੇ ਨੇ ਕਿ ਜਿਹਦੇ ਨਾਲ ਉਸ ਉਹ ਉਪਲੇ ਕਲਾਇੰਟ ਦਾ ਓਪਨ ਵਰਕ ਪਰਮਿਟ ਲਈ ਉਹਨੂੰ ਇੰਟਰਵਿਊ ਆ ਗਿਆ ਇਨ ਹਿਸ ਇੰਟਰਵਿਊ ਹੀ ਹੈਡ ਡਿਸਕਸ਼ਨ ਫਾਰ ਹਿਸ ਰਿਫਿਊਜ਼ਲ ਐਕਚੁਅਲੀ ਵੀਜ਼ਾ ਆਫਿਸਰ ਨੇ ਉਸ ਲੜਕੇ ਨੂੰ ਪੁੱਛਿਆ ਕਿ ਕੀ ਤੁਹਾਡਾ ਕੇਸ ਕੋਈ ਪਹਿਲਾਂ ਰਿਫਿਊਜ਼ ਹੋਇਆ ਜਦਕਿ ਉਹ ਰਿਫਿਊਜ਼ ਸੀ ਬਟ ਉਹਨੂੰ ਇਸ ਚੀਜ਼ ਬਾਰੇ ਨੌਲੇਜ ਨਹੀਂ ਸੀ ਕਿਉਂਕਿ ਉਹਦੇ ਕੰਸਲਟੈਂਟ ਨੇ ਉਸ ਆਈ ਆਰ ਸੀ ਸੀ ਕੰਸਲਟੈਂਟ ਨੇ ਬੜੇ ਹੀ ਅਫਸੋਸ ਨਾਲ ਕਹਿਣਾ ਪੈਂਦਾ ਕਿ ਆਈ ਆਰ ਸੀ ਸੀ ਕੰਸਲਟੈਂਟ ਹੀ ਇਸ ਤਰੀਕੇ ਨਾਲ ਆਪਣੇ ਕਲਾਇੰਟ ਨਾਲ ਡੀਲ ਕਰ ਰਹੇ ਨੇ ਦਿਸ ਇਜ਼ ਅਗੇਨ ਵੈਰੀ ਰੋਂਗ ਉਸ ਆਈ ਆਰ ਸੀ ਸੀ ਕੰਸਲਟੈਂਟ ਨੇ ਉਹਨੂੰ ਨਾ ਦੱਸਿਆ ਕਿ ਤੇਰਾ ਵੀਜ਼ਾ ਰਿਫਿਊਜ਼ ਹੋ ਗਿਆ ਐਂਡ ਹੀ ਹੈਡ ਅ ਬਰੀਫ ਡਿਸਕਸ਼ਨ ਵਿਦ ਦ ਵੀਜ਼ਾ ਆਫਿਸਰ ਔਨ ਦਿਸ ਮੈਟਰ ਕਿ ਤੇਰਾ ਵੀਜ਼ਾ ਰਿਫਿਊਜ਼ ਹੋਇਆ ਜਾਂ ਨਹੀਂ ਹੋਇਆ ਹੀ ਵਾਸ ਟੈਲਿੰਗ ਕਿ ਦਿਸ ਇਜ਼ ਮਾਈ ਫਸਟ ਅਟੈਂਪਟ ਮਾਈ ਵੀਜ਼ਾ ਇਜ਼ ਨੈਵਰ ਰਿਫਿਊਜ਼ਡ ਜਦਕਿ ਵੀਜ਼ਾ ਆਫਿਸਰ ਨੇ ਉਹਦੇ ਸਾਹਮਣੇ ਉਹਦੇ ਰਿਫਿਊਜ਼ਲਸ ਕੱਢ ਕੇ ਡੇਢ ਘੰਟੇ ਬਾਅਦ ਰੱਖ ਦਿੱਤੇ ਐਂਡ ਦੈਟ ਗਾਏ ਟੋਲਡ ਮੀ ਕਿ ਮੇਰੇ ਪੈਰਾਂ ਤੋਂ ਜ਼ਮੀਨ ਨਿਕਲ ਗਈ ਕਿ ਮੇਰਾ ਵੀਜ਼ਾ ਰਿਫਿਊਜ਼ ਹੋ ਚੁੱਕਿਆ ਐਂਡ ਦਿਸ ਲੈਡ ਟੂ ਦ ਕੇਸ ਆਫ ਮਿਸਰੀਪ੍ਰੈਜੈਂਟੇਸ਼ਨ ਮਿਸਰੀਪ੍ਰੈਜੈਂਟੇਸ਼ਨ ਕੇਸ ਹੋਣ ਕਰਕੇ ਉਹਦਾ ਵਿਚਾਰੇ ਦਾ ਦੂਸਰੀ ਵਾਰੀ ਫਿਰ ਵੀਜ਼ਾ ਰਿਫਿਊਜ਼ ਹੋ ਗਿਆ ਦੋ ਇਟ ਵਾਸ ਅ ਵੈਰੀ ਜੈਨੂਇਨ ਮੈਰਿਜ ਉਹਨਾਂ ਦਾ ਪਿਆਰ ਸੱਚਾ ਸੀ ਉਹ ਕਾਫੀ ਦੇਰ ਤੋਂ ਇਹ ਵੀ ਨਹੀਂ ਸੀ ਕਿ ਉਹਨਾਂ ਦਾ ਕੇਸ ਕਿ ਵੀਜ਼ਾ ਵੀਜ਼ਾ ਆਨ ਲੜਕੀ ਦੇ ਵੀਜ਼ੇ ਆਨ ਦੇ ਉੱਤੇ ਉਹਨਾਂ ਦੀ ਮੈਰਿਜ ਹੋਈ ਹੈ ਦੇ ਵਰ ਮੈਰਿਡ ਵੈਰੀ ਮਚ ਬਿਫੋਰ ਦੇਅਰ ਵੀਜ਼ਾ ਸੋ ਇਟ ਵਾਸ ਅ ਜੈਨੂਇਨ ਕੇਸ ਬਟ ਇੱਕ ਕੰਸਲਟੈਂਟ ਦੀ ਬੇਵਕੂਫੀ ਜਾਂ ਆਪਾਂ ਕਹੀਏ ਕੰਸਲਟੈਂਟ ਦੀ ਨਲਾਇਕੀ ਦੇ ਲਈ ਇੱਕ ਬਹੁਤ ਹੀ ਅੱਛਾ ਰਿਸ਼ਤਾ ਜਿਹਨੂੰ ਆਪਾਂ ਗਿਣਤੀ ਕਰਦੇ ਹਾਂ ਹਸਬੈਂਡ ਐਂਡ ਵਾਈਫ ਦਾ ਮੇਰੀ ਫਿਲਾਸਫੀ ਲੋਕਾਂ ਨੂੰ ਪਤਾ ਹੈ ਕਿ ਜਿਹੜੇ ਫਸਟ ਟਾਈਮ ਜਿਹੜੇ ਐਪਲੀਕੈਂਟਸ ਹੈ ਮੈਂ ਉਹਨਾਂ ਨੂੰ ਹਮੇਸ਼ਾ ਕਿਹਾ ਹੈ ਕਿ ਵੀ ਤੁਸੀਂ ਆਪਣੇ ਆਪ ਵੀਜ਼ਾ ਐਪਲੀਕੇਸ਼ਨ ਲਾਓ ਯੂ ਨੋ ਜਸਟ ਰੀਡ ਦ ਚੈਕਲਿਸਟ ਆਪਣੇ ਆਪ ਲਾਓ ਹਾਂ ਪਰ ਇਸ ਤਰ੍ਹਾਂ ਦਾ ਕੇਸ ਹੈ ਜਿੱਥੇ ਇੱਕ ਵਾਰ ਦੋ ਵਾਰ ਤੇ ਨਾਲ ਕੇਸ ਹੋਰ ਵਿਗੜ ਗਿਆ ਇਸ ਤਰ੍ਹਾਂ ਦੀ ਕਿਸੇ ਦੀ ਗਲਤੀ ਸਾਫ਼ ਹੈ ਇਸ ਤਰ੍ਹਾਂ ਦਾ ਕੇਸ ਮੈਂ ਜ਼ਰੂਰ ਅਗਰ ਜੇ ਇਫ ਹੀ ਇਜ਼ ਲਿਸਨਿੰਗ ਟੂ ਮੀ ਹੀ ਕੈਨ ਆਲਵੇਜ਼ ਕੰਟੈਕਟ ਜ਼ਰੂਰ ਮੈਂ ਲੈਣਾ ਚਾਹਾਂਗਾ ਲੇਕਿਨ ਕਮਿੰਗ ਬੈਕ ਟੂ ਦਾ ਕੰਸਲਟੈਂਟਸ ਮਿਸਟੇਕ ਭਾਵੇਂ ਉਹ ਕੰਸਲਟੈਂਟ ICCRC ਦਾ ਹੈ ਜਾਂ ਨਹੀਂ ਹੈ ਐਜ਼ ਅ ਕਲਾਇੰਟ ਤੁਸੀਂ ਉਹਨਾਂ ਨੂੰ ਪੈਸੇ ਦਿੱਤੇ ਹੈ ਉਹਦਾ ਫਰਜ਼ ਇੱਕ ਬੰਦਾ ਹੈ ਕਿ ਅਗਰ ਰਿਫਿਊਜ਼ਲ ਆਈ ਹੈ ਰਿਫਿਊਜ਼ਲ ਤਾਂ ਇਮੀਡੀਏਟਲੀ ਕਲਾਇੰਟ ਨੂੰ ਦੱਸਣਾ ਬਹੁਤ ਜ਼ਰੂਰੀ ਹੈ ਲਾਜ਼ਮੀ ਹੈ ਦਿਸ ਇਜ਼ ਇਨ ਆਰ ਕੋਡ ਆਫ ਪ੍ਰੋਫੈਸ਼ਨਲ ਕੰਡਕਟ ਇਹ ਸਾਡਾ ਇੱਕ ਕੋਡ ਹੁੰਦਾ ਹੈ ਕਿ ਅਸੀਂ ਕਿਸ ਤਰ੍ਹਾਂ ਆਪਣੀ ਇੱਕ ਉਹਨੂੰ ਪ੍ਰੋਫੈਸ਼ਨ ਨੂੰ ਪ੍ਰੈਕਟਿਸ ਕਰਨਾ ਹੈ ਸੋ ਅਗਰ ਨਹੀਂ ਦੱਸਿਆ ਗਿਆ ਤੁਹਾਨੂੰ ਰਿਫਿਊਜ਼ਲ ਬਾਰੇ ਤੇ ਕਲਾਇੰਟ ICCRC ਏਜੰਟ ਦੇ ਖਿਲਾਫ ਇੱਕ ਰਿਪੋਰਟ ਫਾਈਲ ਕਰ ਸਕਦਾ ਹੈ ਉਹ ਕੈਨੇਡਾ ਰਿਪੋਰਟ ਫਾਈਲ ਹੋਏਗੀ ICCRC ਕਾਊਂਸਲ ਤੇ ਜਾ ਕੇ ਉਹਨਾਂ ਦੀ ਇੱਕ ਰਿਪੋਰਟ ਤਾਂ ਦੇ ਵਿਲ ਆਸਕ ਯੂ ਐਵੀਡੈਂਸ ਸਬੂਤ ਮੰਗਣਗੇ ਸਾਰੇ ਪਰ ਤੁਸੀਂ ਰਿਪੋਰਟ ਫਾਈਲ ਕਰੋ ਤੇ ਉਹ ਫਿਰ ਜੋ ਵੀ ਕੋਈ ਐਕਸ਼ਨ ਉਹਨਾਂ ਨੇ ਲੈਣਾ ਹੋਗਾ ਦੇ ਵਿਲ ਚੈੱਕਅਪ ਕਰਦੇ ਹੈ ਕਿ ਕੀ ਹੋਇਆ ਕਿਸ ਤਰ੍ਹਾਂ ਹੋਇਆ ਸੋ ਇਹ ਥੋੜ੍ਹਾ ਜਿਹਾ ਇਸ ਤਰ੍ਹਾਂ ਹੈ ਕਿ ਅਗਰ ਤੁਸੀਂ ਕਿਸੇ ਅਨਔਥੋਰਾਈਜ਼ਡ ਏਜੰਟ ਜਾਂ ਕੰਸਲਟੈਂਟ ਦੇ ਥਰੂ ਅਗਰ ਫਾਈਲ ਲਾ ਰਹੇ ਹੋ ਪੰਜਾਬ ਜਾਂ ਐਨੀਵੇਅਰ ਇਨ ਇੰਡੀਆ ਅਗਰ ਕੋਈ ਇਸ ਤਰ੍ਹਾਂ ਦੀ ਗਲਤੀ ਹੁੰਦੀ ਹੈ ਤੇ ਤੁਸੀਂ ਉਹਨਾਂ ਦੇ ਖਿਲਾਫ ਕੰਪਲੇਂਟ ਨਹੀਂ ਫਾਈਲ ਕਰ ਸਕਦੇ ਕੈਨੇਡਾ ਵਿੱਚ ਦੈਟਸ ਅ ਪ੍ਰੋਬਲਮ ਨੰਬਰ 1 ਇਸ ਕਰਕੇ ਕਈ ਵਾਰ ਸਸਤਾ ਰੋਏ ਬਾਰ ਬਾਰ ਮਹਿੰਗਾ ਰੋਏ ਇੱਕ ਵਾਰ ਕਈ ਪੰਜਾਬ 'ਚ ਮੈਂ ਦੇਖਿਆ ਕਿ ਮੈਨੂੰ ਕਈ ਵਾਰ ਉਹਨਾਂ ਨੇ ਕਿਹਾ ਕਿ ਭਾਅ ਜੀ ਉਹ ਫਲਾਨਾ ਬੰਦਾ ਉਹ ਫਾਈਲ ਲਾ ਰਿਹਾ ਜੀ 10,000 ਰੁਪਏ 'ਚ ਫਾਈਲ ਲਾਤੀ ਜੀ 25,000 'ਚ ਫਾਈਲ ਲੱਗੇ ਜੀ ਮੈਂ ਕਿਹਾ ਚਲੋ ਲੱਗੇ ਹੋ ਗਿਆ ਲੇਕਿਨ ਵੀਜ਼ਾ ਤਾਂ ਫਿਰ ਵੀ ਨਹੀਂ ਆਇਆ ਤੇ ਗਲਤੀਆਂ ਹੋਰ ਨਿਕਲਾਈ ਤੇ ਫਿਰ ਮੈਂ ਉਹਨਾਂ ਨੂੰ ਕਿਹਾ ਕਿ ਵੀ ਉਹ ਅਗਰ ਜੇ ਬੰਦੇ ਅਗਰ ਉਹ ਰਜਿਸਟਰਡ ਕੰਸਲਟੈਂਟ ਨਹੀਂ ਹਨ ਕੈਨੇਡਾ ਤੋਂ ਤੇ ਫਿਰ ਤੁਸੀਂ ਤੁਹਾਡੇ ਕੋਲ ਕਿਹੜੀ ਪਾਵਰ ਹੈ ਤੁਸੀਂ ਕੀ ਕਰੋਗੇ ਹੁਣ ਨਾ ਤੁਸੀਂ ਕੰਪਲੇਨ ਫਾਈਲ ਕਰ ਸਕਦੇ ਹੋ ਨਾ ਤੁਸੀਂ ਉਹ ਜਿਹੜੇ 25,000 50,000 ਜੋ ਵੀ ਕਹੇ ਉਹ ਗਏ ਨਾ ਤੁਸੀਂ ਉਹ ਕਢਵਾ ਸਕਦੇ ਹੋ ਯੂ ਆਰ ਬੈਕ ਟੂ ਸਕੁਆਇਰ 1 ਐਂਡ ਇਨ ਫੈਕਟ ਈਵਨ ਨੈਗੇਟਿਵ ਸੋ ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਤੁਸੀਂ ਜਿੱਥੋਂ ਵੀ ਫਾਈਲ ਪਹਿਲੀ ਗੱਲ ਤਾਂ ਫਾਈਲ ਆਪਣੇ ਆਪ ਹੀ ਲਾਓ ਦੂਸਰਾ ਕਿ ਜੇ ਫਾਈਲ ਲਾਉਣੀ ਵੀ ਹੈ ਕਿਸੇ ਵੀ ਆਥੋਰਾਈਜ਼ ਕੰਸਲਟੈਂਟ ਲਾਓ ਜੋ ICCRC ਦਾ ਇੱਕ ID ਨੰਬਰ ਹੈ ਜਾਂ ਕੋਈ ਲੋਇਰ ਹੈ ਜਿਹੜਾ ਲੋ ਲਾਇਸੈਂਸ ਨੰਬਰ ਹੈ ਉਹਨਾਂ 'ਤੇ ਲਾਓ ਐਟਲੀਸਟ ਤੁਹਾਡੀ ਇੱਕ ਪ੍ਰੋਟੈਕਸ਼ਨ ਹੈ ਕਿ ਅਗਰ ਕੋਈ ਮਿਸਐਪ ਹੁੰਦੀ ਹੈ ਤੁਸੀਂ ਉਹਨਾਂ 'ਤੇ ਅਗੇਂਸਟ ਇੱਕ ਕੰਪਲੇਂਟ ਫਾਈਲ ਕਰ ਸਕਦੇ ਹੋ ਅਨਔਥੋਰਾਈਜ਼ ਜਿਹਨਾਂ ਕੋਲ ਸਿਰਫ ਪੰਜਾਬ ਦਾ ਲਾਇਸੈਂਸ ਹੈ ਕਈ ਵਾਰ ਮੈਨੂੰ ਕਹਿੰਦੇ ਨਹੀਂ ਜੀ ਉਹਨਾਂ ਉਹ ਜੀ ਪੰਜਾਬ ਗਵਰਨਮੈਂਟ ਤੋਂ ਰਜਿਸਟਰਡ ਮੈਂ ਕਿਹਾ ਪੰਜਾਬ ਗਵਰਨਮੈਂਟ ਤੋਂ ਰਜਿਸਟਰਡ ਹੋਣਗੇ ਉਹ ਕੈਨੇਡੀਅਨ ਗਵਰਨਮੈਂਟ ਤੋਂ ਰਜਿਸਟਰਡ ਨਹੀਂ ਹਨ ਸੋ ਉਹ ਪੰਜਾਬ ਗਵਰਨਮੈਂਟ ਤੋਂ ਅਗਰ ਤੁਸੀਂ ਉਹਨਾਂ ਉੱਥੇ ਕੰਪਲੇਂਟ ਕਰ ਲਓ ਉੱਥੇ ਅਗਰ ਕੋਈ ਤੁਹਾਡੀ ਕੋਈ ਗੱਲ ਸੁਣੇਗਾ ਤੇ ਗੋ ਹੈਡ ਐਂਡ ਗੈਟ ਯੋਰ ਮਨੀ ਫਰੋਮ ਦੇਅਰ ਪਰ ਉਹ ਇਸ ਤਰ੍ਹਾਂ ਦੀ ਗਲਤੀਆਂ ਜਿਹੜੀ ਹੋ ਰਹੀ ਨਾ ਕਿ ਵੀ ਰਿਫਿਊਜ਼ਲ ਦੇ ਬਾਰੇ ਨਹੀਂ ਦੱਸਿਆ ਜਾਂ ਕੋਈ ਸਹੀ ਕਈ ਵਾਰ ਮੈਨੂੰ ਲੋਕਾਂ ਨੇ ਕਿਹਾ ਕਿ ਵੀ ਉਹਨਾਂ ਨੇ ਜੀ ਕੰਸਲਟੈਂਟ ਨੇ ਮੇਰੀ ਫੋਟੋਆਂ ਹੀ ਨਹੀਂ ਲਾਈ ਅੰਦਰ ਮੈਰਿਜ ਦੀ ਮੈਸੇਜ ਦੀ ਮੈਰਿਜ ਦੀ ਫੋਟੋਆਂ ਦਿੱਤੀ ਸੀ ਉਹਨਾਂ ਨੇ ਫਲਾਣੇ ਨੇ ਕਿਹਾ ਕਿ ਜੀ ਮੈਰਿਜ ਦੀ ਫੋਟੋਆਂ ਦੀ ਲੋੜ ਨਹੀਂ ਹੈ ਅੱਛਾ ਉਹਨਾਂ ਨੇ ਕਿਹਾ ਜੀ ਚੈਟ ਹਿਸਟਰੀ ਲਾਉਣ ਦੀ ਲੋੜ ਨਹੀਂ ਹੈ ਚਲੋ
ਮੈਂ ਕਿਹਾ ਵੀ ਦੈਟ ਇਜ਼ ਆਈ ਥਿੰਕ ਇਟਸ ਵੈਰੀ ਵੈਰੀ ਨਾਈਵ ਐਂਡ ਈਵਨ ਸਟੂਪਿਡ ਟੂ ਥਿੰਕ ਕਿ ਵੀ ਮੈਰਿਜ ਫੋਟੋ ਲਾਉਣ ਦੀ ਲੋੜ ਨਹੀਂ ਹੈ, ਚੈਟ ਹਿਸਟਰੀ ਲਾਉਣ ਦੀ ਲੋੜ ਨਹੀਂ ਹੈ। ਸੋ ਇਸ ਕਰਕੇ ਗਲਤੀਆਂ ਹੋ ਹੀ ਜਾਂਦੀਆਂ, ਲੋਕ ਵੀ ਕੰਸਲਟੈਂਟ ਵੀ ਸਿੱਖੀ ਜਾ ਰਹੇ ਨੇ ਬਾਰ ਬਾਰ, ਇੱਕ ਗਲਤੀ ਕਰਕੇ ਪਤਾ ਲੱਗਦਾ ਕਿ ਵੀ ਇਸ ਤਰ੍ਹਾਂ ਨਹੀਂ ਕਰਨਾ, ਦੂਸਰੀ ਗਲਤੀ, ਉਹ ਕਲਾਇੰਟ ਤੇ ਐਕਸਪੈਰੀਮੈਂਟ ਕਰੀ ਜਾ ਰਹੇ। ਸੋ ਐਨੀ ਵੇ ਦ ਕਲਾਇੰਟ ਇਜ਼ ਸਫਰਰ, ਤੇ ਬਾਕੀ ਮੈਨੂੰ ਕਈ ਐਕਚੁਅਲੀ ਕੱਲ ਪਰਸੋਂ ਵੀ ਇੱਕ ਕਲਾਇੰਟ ਦਾ ਵਿਦ ਇਨ ਕੈਨੇਡਾ ਫੋਨ ਆਇਆ, ਤੇ ਉਹ ਕੁੜੀ ਮੇਰੇ ਖਿਆਲ ਪਤਾ ਨਹੀਂ ਸ਼ਾਇਦ ਔਨ ਦ ਈਸਟ ਕੋਸਟ, ਉਹਨਾਂ ਦੇ ਹਸਬੈਂਡ ਦੇ ਅਗੇਂਸਟ ਮਿਸਰੈਪ੍ਰਜੈਂਟੇਸ਼ਨ ਲੱਗਿਆ ਬਿਕੋਜ਼ ਆਫ ਯੂ ਨੋ ਦ ਲੋਟ ਆਫ ਫੈਕਟਰਸ, ਬਟ ਮਿਸਰੈਪ੍ਰਜੈਂਟੇਸ਼ਨ ਲੱਗਿਆ ਤੇ 5 ਈਅਰਸ ਲਈ ਬੈਨ ਹੋ ਗਿਆ। ਹੁਣ ਦੇਖੋ ਤੁਸੀਂ ਮੈਂਟਲ ਸਿਚੁਏਸ਼ਨ ਦੇਖੋ, ਵਾਈਫ ਦੀ ਤੇ ਹਸਬੈਂਡ ਉੱਥੇ ਬੈਠਾ ਹੈ, 5 ਈਅਰਸ ਤੱਕ ਉਹ ਕੁਛ ਨਹੀਂ ਕਰ ਸਕਦੇ, 5 ਈਅਰਸ ਦੈਟ ਮੀਨਸ ਦੇ ਆਰ ਆਊਟ, ਮਤਲਬ ਇੱਕੋ ਹੀ ਚਾਰਾ ਹੈ ਕਿ ਬਾਰ ਬਾਰ ਉਹ ਇੰਡੀਆ ਆ ਕੇ ਮਿਲੇ, ਮਤਲਬ ਹਸਬੈਂਡ ਨਹੀਂ ਜਾ ਸਕਦਾ 5 ਈਅਰਸ ਤੱਕ। ਇਸ ਗਲਤੀ ਦਾ ਇਸ ਤਰ੍ਹਾਂ ਦੀ ਗਲਤੀਆਂ, ਇਸ ਤਰ੍ਹਾਂ ਦੀ ਅਣਗਹਿਲੀ ਦਾ ਜਿਹਨੂੰ ਲੈ ਕੇ ਮਿਸਰੈਪ੍ਰਜੈਂਟੇਸ਼ਨ ਲੱਗਿਆ, ਹੁਣ ਕਿਹੜਾ ਕੰਸਲਟੈਂਟ ਹੈ ਜਿਹੜਾ 25,000 ਰੁਪਏ ਜਿਹਨਾਂ ਨੇ ਫਾਈਲ ਲਾਈ ਹੈ ਉਹਦੀ ਭਰਪਾਈ ਕਰ ਸਕੇਗਾ? ਉਸ 5 ਸਾਲ ਦੀ ਕੀ ਉਹ ਕੀਮਤ ਚੁਕਾਏਗਾ? ਬਿਲਕੁਲ ਸਰ, ਅਗਰ ਤੇ ਉਹ ਆਈਸੀਸੀ ਆਰਸੀ ਕੰਸਲਟੈਂਟ ਹੁੰਦਾ ਹੈ ਲੋਅਰ ਹੁੰਦਾ ਉਹਦਾ ਦੇ ਖਿਲਾਫ ਅਸੀਂ ਮੁਕਦਮਾ ਦਾਇਲ ਕਰ ਸਕਦੇ ਸੀ ਇਨ ਕੈਨੇਡਾ ਤੇ ਉਸ ਚੀਜ਼ ਦਾ ਅਸੀਂ ਲੋਅ ਸੂਟ ਫਾਈਲ ਕਰ ਸਕਦੇ ਸੀ ਕੁਛ ਦੇਖੋ ਨਾ ਵੀ ਇਨਸਮ ਪੋਸੀਬਿਲਟੀ ਪਰ ਹ
ਨੂੰ ਕੰਸੀਡਰ ਨਾ ਕਰਕੇ, ਕੁਛ ਵੈਲਿਊ ਨੂੰ 25,000 ਨੂੰ 30,000 ਜਾਂ 50,000 ਰੁਪਏ ਨੂੰ ਕੰਸੀਡਰ ਕਰਕੇ ਆਪਣੀ ਫਾਈਲਾਂ ਨਾਲ ਖਿਲਵਾੜ ਕਰ ਲੈਂਦੇ ਨੇ। ਸੋ ਦਿਸ ਇਜ਼ ਵਾਟ ਅਗੇਨ ਆਈ ਵੁੱਡ ਲਾਈਕ ਟੂ ਟੈਲ ਐਵਰੀਵਨ ਕਿ ਦੋਸਤੋ, ਜਿਹੜੀ ਆਪਣੀ ਫਾਈਲ ਹੈਗੀ ਹੈ, ਇਹ ਤੁਹਾਡੇ ਇੱਕ ਜ਼ਰੀਆ ਹੈ ਕਿ ਜਿਹਦੇ ਨਾਲ ਤੁਸੀਂ ਆਪਣੀ ਵਾਈਫ ਨੂੰ, ਆਪਣੇ ਲਾਈਫ ਪਾਰਟਨਰ ਨੂੰ ਤੁਸੀਂ ਮਿਲਣਾ ਹੈ ਉੱਥੇ ਜਾ ਕੇ ਕੈਨੇਡਾ। ਐਂਡ ਮੋਰ ਓਵਰ ਇਟ ਇਜ਼ ਫੋਰ ਯੂ ਆਲਸੋ, ਕੋਈ ਵੀ ਤੁਸੀਂ ਕੰਮ ਕਰਦੇ ਹੋ ਇੰਡੀਆ ਦੇ ਵਿੱਚ, ਯੂ ਆਰ ਗੋਇੰਗ ਟੂ ਸਟਾਰਟ ਅ ਨਿਊ ਲਾਈਫ ਵਿਦ ਯੂਰ ਵਾਈਫ ਦੇਅਰ, ਕਿਉਂਕਿ ਤੁਸੀਂ ਲੋਕ ਨਵੇਂ ਮੈਰਿਡ ਹੋ ਜਾਂ ਮੇ ਬੀ 1 ਸਾਲ 2 ਸਾਲ ਹੋ ਗਏ ਮੈਰਿਜ ਨੂੰ, ਜਾਂ ਮੇ ਬੀ ਯੂ ਆਰ ਗੋਇੰਗ ਟੂ ਹੈਵ ਯੂਰ ਫਿਊਚਰ ਫੈਮਿਲੀ ਆਲਸੋ ਇਨ ਕੈਨੇਡਾ। ਸੋ ਇਹਨੂੰ ਤੁਸੀਂ ਮਜ਼ਾਕ ਜਾਂ ਕੋਈ ਖੇਡ, ਜਾਂ ਇਹ ਨਾ ਸੋਚੋ ਕਿ ਅਸੀਂ ਤਾਂ ਸਿਰਫ 20,000 ਰੁਪਏ ਦੇ ਕੇ ਤੇ ਕੋਈ ਗੱਲ ਨੀ, ਰਿਫਿਊਜ਼ਲ ਹੀ ਆਏਗਾ। ਦਿਸ ਰਿਫਿਊਜ਼ਲ ਕੈਨ ਬੀ ਟਰਨਡ ਇਨ ਟੂ ਮਿਸਰੀਪ੍ਰੈਜੈਂਟੇਸ਼ਨ ਔਰ 5 ਈਅਰਸ ਬੈਨ ਆਲਸੋ, ਮੇ ਬੀ ਕਈ ਵਾਰੀ ਜ਼ਿਆਦਾ ਵੀ ਲੱਗ ਸਕਦਾ ਹੈ, ਬਟ ਜਿਹਦੇ ਉੱਤੇ ਇੱਕ ਵਾਰੀ ਬੈਨ ਲੱਗ ਜਾਵੇ ਉਹਦੇ ਲਈ 5 ਈਅਰਸ ਜਿਹੜੇ ਨੇ ਉਹ ਬਿਲਕੁਲ ਚਲੇ ਗਏ ਨੇ, ਬਿਲਕੁਲ ਖਤਮ ਹੈ। ਜਾਂ ਤਾਂ ਉਹ ਲੜਕੀ ਆਪਣਾ ਸਾਰਾ ਕੈਰੀਅਰ ਸਾਰਾ ਕੁਛ ਛੱਡ ਕੇ ਕੈਨੇਡਾ ਤੋਂ ਇੰਡੀਆ ਆਏਗੀ ਟੂ ਲਿਵ ਵਿਦ ਹਸਬੈਂਡ, ਤੇ ਜੇ ਉਹ ਆਪਣਾ ਕੈਰੀਅਰ ਛੱਡ ਕੇ ਆਉਂਦੀ ਹੈ ਜਸਟ ਬਿਕੋਜ਼ ਆਫ ਦਾ ਹਸਬੈਂਡ ਕਿ ਉਹਦੇ ਹਸਬੈਂਡ ਨੇ ਇੱਕ ਗਲਤ ਕੇਸ ਅਪਲਾਈ ਕਰ ਲਿਆ ਸੀ ਕਿਸੇ ਏਜੰਟ ਦੇ ਕੋਲੋਂ, ਆਈਦਰ ਇਟ ਇਜ਼ ICCRC ਏਜੰਟ ਔਰ ਆਈਦਰ ਇਟਸ ਲਾਈਕ ਪੰਜਾਬ ਗਵਰਨਮੈਂਟ ਏਜੰਟ, ਬਟ ਵਨ ਸ਼ੁੱਡ ਨੋ ਅਬਾਊਟ ਦਾ ਪ੍ਰੋਟੋਕਾਲ ਆਫ ਦਾ ਕੇਸ ਕਿ ਜੋ ਕੇਸ ਜੋ ਇੱਕ ਕੈਨੇਡੀਅਨ ਗਵਰਨਮੈਂਟ ਮੰਗਦੀ ਹੈ, ਜੋ ਜਿਹੜੇ ਡਾਕੂਮੈਂਟਸ ਉਹ ਮੰਗਦੀ ਹੈ, ਹੀ ਸ਼ੁੱਡ ਬੀ ਵੈਲ ਨੋਨ ਅਬਾਊਟ ਆਲ ਦੋਜ਼ ਡਾਕੂਮੈਂਟਸ, ਕਿਹੜੇ ਕਿਹੜੇ ਚੀਜ਼ ਲੱਗਣੀ ਹੈ, ਕਿਹੜੇ ਕਿਹੜੇ ਚੀਜ਼ ਬਾਰੇ ਉਹਦੀ ਅਵੇਅਰਨੈਸ ਹੈ, ਕਿਉਂਕਿ ਹੁਣ ਹਰ ਇੱਕ ਬੱਚੇ ਨੂੰ ਇਹ ਤਾਂ ਇੰਨੀ ਗੱਲ ਤਾਂ ਨੌਲੇਜ ਹੈਗੀ ਹੈ ਕਿ ਅੱਜ ਕੱਲ੍ਹ ਸਪਾਊਸ ਵੀਜ਼ਾ ਥੋੜੇ ਜਿਹੇ ਟਫ ਨੇ, ਇੰਟਰਵਿਊਸ ਕਾਲ ਹੋ ਰਹੀ ਹੈ, ਸੋ ਜਿੰਨੇ ਵੱਧ ਤੋਂ ਵੱਧ ਮੈਕਸੀਮਮ ਤੁਹਾਡੇ ਪਰੂਫ ਆਫ ਲਿਵਿੰਗ ਟੂਗੈਦਰ ਨੇ ਕਿ ਤੁਸੀਂ ਇਕੱਠੇ ਰਹਿੰਦੇ ਰਹੇ ਹੋ, ਤੁਸੀਂ ਇੱਕ ਜੈਨੂਇਨ ਕਪਲ ਹੋ, ਇਹਦੇ ਜਿੰਨੇ ਵੱਧ ਤੋਂ ਵੱਧ ਪਰੂਫ ਇਕੱਠੇ ਕਰ ਸਕਦੇ ਹੋ ਤੁਸੀਂ, ਉਹ ਤੁਸੀਂ ਜ਼ਰੂਰ ਕਰੋ, ਤਾਂ ਕਿ ਤੁਹਾਡੀ ਐਪਲੀਕੇਸ਼ਨ ਜਿਹੜੀ ਹੈ ਉਹ ਇਟ ਸੇਫ ਇੱਕ ਐਪਲੀਕੇਸ਼ਨ ਇੰਨਾ ਕੁ ਹੋ ਜਾਵੇ ਕਿ ਵੀਜ਼ਾ ਆਫਿਸਰ ਨੂੰ ਤੁਹਾਨੂੰ ਇੰਟਰਵਿਊ ਲਈ ਬੁਲਾਉਣਾ ਨਾ ਪਵੇ। ਐਂਡ ਮੋਰ ਓਵਰ, ਹਾਂਜੀ ਇੱਕ ਮੈਂ ਆਖਰੀ ਗੱਲ ਕਹਿਣੀ ਸੀ ਬਸ ਇਹਦੇ ਬਾਰੇ, ਮੈਨੂੰ ਰੋਜ਼ ਕਾਲਸ ਆਉਂਦੀ ਹੈ ਵਿਦ ਇਨ ਕੈਨੇਡਾ ਐਂਡ ਇੰਡੀਆ ਤੋਂ ਵੀ ਕਿ ਜੀ ਭਾਜੀ ਸਾਡਾ ਜੀ ਸਪਾਊਸ ਵੀਜ਼ਾ ਤੁਸੀਂ ਅਪਲਾਈ ਕਰ ਦਿਓ। ਮੈਂ ਕਿਹਾ ਠੀਕ ਹੈ ਜੀ। ਉਹਨਾਂ ਨੂੰ ਸਿਰਫ ਮੈਂ ਇੰਨੀ ਗੱਲ ਕਹਿਣੀ ਸੀ ਬਈ ਕਿ ਸਪਾਊਸ ਵੀਜ਼ਾ ਅਪਲਾਈ ਤੁਸੀਂ ਕਰੋ ਜਾਂ ਨਾ ਕਰੋ, ਪਹਿਲਾਂ ਆਪਾਂ ਚੈੱਕ ਕਰ ਲਈਏ ਤੁਹਾਡੇ ਕੋਲ ਐਲੀਜੀਬਿਲਟੀ ਪੂਰੀ ਹੈ ਕਿ ਨਹੀਂ ਹੈ, ਤੁਹਾਡੇ ਕੋਲ ਕਿਹੜੇ ਕਿਹੜੇ ਡਾਕੂਮੈਂਟਸ ਹੈ, ਤੁਹਾਡੇ ਕੋਲ ਜਿਹੜੇ ਪੁਖਤਾ ਸਬੂਤ ਆਲਰੇਡੀ ਹੈ ਕਿ ਨਹੀਂ ਹੈ, ਉਹਦੇ ਬਾਰੇ ਮੈਂ ਤੁਹਾਡੀ ਅਸੈਸਮੈਂਟ ਕਰਨੀ ਹੈ। ਅਸੈਸਮੈਂਟ ਕਰਕੇ ਤੁਹਾਨੂੰ ਮੈਂ ਦੱਸਣਾ ਹੈ ਕਿ ਬਈ ਆਰ ਯੂ ਓਕੇ ਫਰੋਮ ਮਾਈ ਸਾਈਡ। ਕਈ ਵਾਰ ਕਈ ਪੁਰਾਣੇ ਰਿਫਿਊਜ਼ਲ ਕਰਕੇ, ਪੁਰਾਣੇ ਮਿਸਰੈਪ ਕਰਕੇ, ਪੁਰਾਣੇ ਕੋਈ ਇਨਐਡਮਿਸਿਬਿਲਟੀ ਕਰਕੇ, ਕਈ ਵਾਰ ਕਿਸੇ ਦੂਸਰੀ ਕੰਟਰੀ ਤੋਂ ਕੋਈ ਡਿਪੋਰਟ ਹੋ ਕਰ ਆਇਆ, ਦੇਰ ਵਾਸ ਸੋ ਮੈਨੀ ਫੈਕਟਰਸ। ਅਗਰ ਇਹ ਆਪਾਂ ਉਹਦਾ ਐਕਸਰੇ ਕਰਕੇ, ਉਹਦਾ ਬੈਕਗਰਾਊਂਡ ਕਲੀਅਰ ਕਰਕੇ ਨਹੀਂ ਦੇਖਾਂਗੇ, ਤੇ ਕਿੱਦਾਂ ਪਤਾ ਲੱਗੇਗਾ ਕਿ ਵੀ ਆਰ ਈਵਨ ਕਲੀਅਰ ਐਂਡ ਰੈਡੀ ਟੂ ਅਪਲਾਈ। ਉਹਨਾਂ ਨੂੰ ਮੈਂ ਕਿਹਾ ਕਿ ਬਈ ਫੀਸ ਮੇਰੀ ਸਿਰਫ ਥੋੜੀ ਜਿਹੀ ਫੀਸ ਹੈ, $220 ਫੀਸ ਹੈ, ਬਜਾਏ ਤੁਸੀਂ 2-3 ਲੱਖ ਕਿਸੇ ਨੂੰ ਦਿਓ, ਪੰਜਾਬ ਦੇ ਏਜੰਟ ਹੈ ਇੱਥੇ ਕਿਸੇ ਨੂੰ ਦਿਓ, ਤੁਸੀਂ ਪਹਿਲਾਂ ਆ ਕੇ ਮੇਰੇ ਤੋਂ ਪਹਿਲਾਂ ਸਿੱਖ ਤੋਂ ਲਓ, ਪਹਿਲਾਂ ਪੁੱਛ ਲਓ ਆਪਣਾ ਕਿ ਵੀ ਆਰ ਯੂ ਈਵਨ ਐਲੀਜੀਬਲ ਟੂ ਅਪਲਾਈ।
ਜਾਂ ਤੁਹਾਡੇ ਕੋਲ ਪੂਰੀ ਤਿਆਰੀ ਹੈ ਕਿ ਨਹੀਂ ਹੈ। ਇਟ ਇਜ਼ ਵੈਰੀ ਪੋਸੀਬਲ ਕਿ ਅੱਜ ਨਹੀਂ ਅਪਲਾਈ ਕਰਨਾ, ਤੁਸੀਂ ਠਹਿਰ ਕੇ ਅਪਲਾਈ ਕਰੋਗੇ 6 ਮਹੀਨੇ ਬਾਅਦ, ਇਟ ਮਾਈਟ ਬੀ ਬੈਟਰ। ਪਰ ਲੋਕਾਂ ਨੇ ਇਹ ਸੋਚਿਆ ਕਿ ਨਹੀਂ ਭਾਜੀ ਤੁਸੀਂ ਤਾਂ ਗੱਲਾਂ ਕਰਦੇ ਪੈਸੇ ਲੈਂਦੇ ਹੋ ਜੀ, ਨਹੀਂ ਮੈਨੂੰ ਇੱਦਾਂ ਹੀ ਦੱਸ ਦਿਓ ਜੀ। ਮੈਂ ਕਿਹਾ ਵੀ ਇਹ ਤਾਂ ਗੱਲ ਹੋਈ ਕਿ ਵੀ ਡਾਕਟਰ ਕੋਲ ਜਾਓ, ਡਾਕਟਰ ਨੂੰ ਡਾਕਟਰ ਸਾਹਿਬ ਮੈਨੂੰ ਸਰਜਰੀ ਅੱਜ ਹੀ ਕਰ ਦਿਓ, ਛੱਡੋ ਪਰ ਕੀ ਕਰਨਾ, ਖੂਨ ਚੈੱਕ ਚੈੱਕ ਕਰਵਾ ਕੇ, ਖੂਨ ਚੈੱਕ ਨਹੀਂ ਕਰਾਉਣਾ, ਐਕਸਰੇ ਨਹੀਂ ਕਰਨਾ, ਉਦਾਂ ਹੀ ਤੁਸੀਂ ਸਰਜਰੀ ਦੱਸ ਦਿਓ, ਸਰਜਰੀ ਕਿੰਨੇ 'ਚ ਹੋਏਗੀ, ਸਰਜਰੀ ਦੀ ਕੋਈ ਗਰੰਟੀ ਵੀ ਹੈ ਕਿ ਨਹੀਂ, ਪਹਿਲਾਂ ਇਹ ਵੀ ਦੱਸ ਦਿਓ। ਅਤੇ ਮੈਂ ਬੜੇ ਹੈਰਾਨ ਹੁੰਦਾ ਕਿ ਲੋਕ ਕਈ ਲੱਖਾਂ ਰੁਪਏ ਫਸਾ ਕੇ ਬੈਠੇ ਹੋਏ, ਮਿਸਰਪ ਲੈ ਕੇ ਬੈਠੇ ਹੋਏ, ਲੇਕਿਨ ਸਿਰਫ ਉਸ ਚੀਜ਼ ਨੂੰ ਜਾਣਨ ਲਈ ਨਾ ਉਹਨਾਂ ਨੇ ਕੋਈ ਟਾਈਮ ਦਿੱਤਾ, ਨਾ ਕੋਈ ਕੰਸਲਟੇਸ਼ਨ ਲੈ ਕੇ ਕਿਸੇ ਵੀ ਲੋਇਰ ਤੋਂ, ਮੈਂ ਨਹੀਂ ਕਹਿ ਰਿਹਾ ਮੇਰੇ ਤੋਂ ਹੀ, ਕਿਸੇ ਵੀ ਲੋਇਰ ਤੋਂ, ਕੰਸਲਟੈਂਟ ਤੋਂ ਪਹਿਲਾਂ ਉਸ ਚੀਜ਼ ਨੂੰ ਪਤਾ ਨਹੀਂ ਕੀਤਾ ਕਿ ਵੀ ਇਹ ਚੀਜ਼ ਕਰਨ ਵਾਲੀ ਹੈ ਵੀ ਕਿ ਨਹੀਂ ਹੈ, ਜੇ ਕਰਨ ਵਾਲੀ ਹੈ ਤੇ ਵਟ ਇਜ਼ ਦਾ ਰਾਈਟ ਵੇ ਟੂ ਡੂ ਇਟ। ਉਹ ਕਰਕੇ ਫਿਰ ਉਹੀ ਗੱਲ ਇਹ ਹੈ ਕਿ ਵੀ ਸਸਤਾ ਰੋਏ ਬਾਰ ਬਾਰ, ਉਹ ਜਦ ਫਿਰ ਤਿੰਨ ਚਾਰ ਵਾਰ ਰਿਫਿਊਜ਼ਲ ਲਗਾ ਕੇ ਫਿਰ ਮੇਰੇ ਕੋਲ ਪਹੁੰਚਦੇ ਹੈ ਤੇ ਫਿਰ ਉਹ ਕਹਿੰਦੇ ਭਾਜੀ ਮੇਰੇ ਸਾਡੇ ਕੋਲ ਤਾਂ ਪੈਸਾ ਹੀ ਨਹੀਂ ਕੋਈ ਜੀ, ਅਸੀਂ ਕਿੱਦਾਂ ਲਾ ਸਕਦੇ ਹਾਂ, ਸਾਡੀ ਤਾਂ ਪਹਿਲਾਂ ਹੀ ਉੱਥੇ ਪਾਣੀ ਜਿਹੜਾ ਨੱਕ ਤੋਂ ਉੱਤੇ ਪਹੁੰਚ ਚੁੱਕਿਆ ਹੁੰਦਾ, ਸਾਰਾ ਨਿੰਬੂ ਵਿੱਚ ਰਸ ਨਿਕਲ ਚੁੱਕਿਆ ਹੁੰਦਾ। ਹੁਣ ਅਫਸਾਨ ਨਾ ਸਾਡੇ ਕੋਲ ਜੀ ਵੀਜ਼ਾ ਐਪਲੀਕੇਸ਼ਨ ਲਾਉਣ ਦੀ ਫੀਸ ਹੈ, ਨਾ ਜੀ ਸਾਡੇ ਕੋਲ ਜੀ ਏਅਰਲਾਈਨ ਟਿਕਟ ਲੈਣ ਦੀ ਫੀਸ ਹੈ, ਨਾ ਅਸੀਂ ਤੁਹਾਡੇ ਕੋਲ ਅਸੀਂ ਲਾਉਂਦੇ ਹਾਂ ਅਸੀਂ ਤੁਹਾਨੂੰ ਕੁਛ ਪੈਸੇ, ਨਾ ਤੁਹਾਨੂੰ ਦੇਣ ਦੇ ਪੈਸੇ, ਹੁਣ ਤੇ ਅਸੀਂ ਬਸ ਬੇਸਹਾਰਾ ਹੈ ਜੀ। ਹੁਣ ਦੱਸੋ ਜੀ ਕੀ ਕਰਨਾ। ਮੈਂ ਕਿਹਾ ਹੁਣ ਦੱਸੋ ਮੈਂ ਵਟ ਪੋਸੀਬਲੀ ਕੈਨ ਆਈ ਡੂ, ਇਫ ਸਪੈਸ਼ਲੀ ਅਗਰ ਜੇ ਮਿਸਰੈਪ੍ਰੈਜੈਂਟੇਸ਼ਨ ਲੱਗ ਗਿਆ ਤੇ ਮਿਸਰੈਪ੍ਰੈਜੈਂਟੇਸ਼ਨ ਦਾ ਮੇਰੇ ਕੋਲ ਸਿਰਫ ਵਿੰਡੋ ਹੁੰਦੀ ਹੈ ਸਿਰਫ 30 ਡੇਜ਼ ਦੀ। ਅਗਰ ਮੈਨੂੰ ਵਿਦਿਨ 30 ਡੇਜ਼ ਸਪੋਜ਼ ਕੋਈ ਕਲਾਇੰਟ ਇੰਟਰਵਿਊ ਲਈ ਗਿਆ, ਵੀਜ਼ਾ ਆਫਿਸਰ ਨੇ ਉਹਨਾਂ ਨੂੰ ਦੱਸਤਾ ਕਿ ਵੀ ਤੁਸੀਂ ਝੂਠ ਬੋਲਿਆ, ਤੁਹਾਡੇ 'ਤੇ ਅਗਰ ਅਸੀਂ ਬੈਨ ਲਾ ਦਿਆਂਗੇ, ਤੁਹਾਨੂੰ ਆਲਰੇਡੀ ਪਤਾ ਲੱਗਿਆ ਕਿ ਬੈਨ ਲੱਗਣ ਵਾਲਾ ਹੈ, ਵਿਦਾਊਟ ਈਵਨ ਵੇਟਿੰਗ ਫੋਰ ਕਿ ਵੀ ਰਿਫਿਊਜ਼ਲ ਲੈਟਰ ਆਏਗਾ, ਤੁਸੀਂ ਇਮੀਜੀਏਟਲੀ ਮੈਨੂੰ ਕੰਟੈਕਟ ਕਰੋ, ਆਪਾਂ ਮਿਸਰੈਪ ਨੂੰ ਉੱਥੇ ਹੀ ਆਰਗੂਮੈਂਟ ਕਰਕੇ ਸ਼ਾਇਦ ਕੋਈ 1% ਪੋਸੀਬਿਲਿਟੀ ਹੋ ਜਾਏ ਉਹਨੂੰ ਬਲੋਕ ਕਰ ਲਈਏ, ਸ਼ਾਇਦ ਇੱਕ ਵਾਰ ਉਹ ਸ਼ੁਰੂ ਹੋ ਗਿਆ ਮਿਸਰੈਪ ਤੇ ਫਿਰ 5 ਸਾਲ ਬਾਅਦ ਨਿਕਲਣਾ। ਚਲੋ ਦੈਟਸ ਵੈਰੀ ਗੁੱਡ ਸਰ, ਮੈਂ ਮਿਸਰੈਪ੍ਰੈਜੈਂਟੇਸ਼ਨ ਨੂੰ ਛੱਡ ਕੇ ਹੋਰ ਕਿਸੇ ਵੀ ਤਰੀਕੇ ਦੀ ਕੋਈ ਵੀ ਰਿਫਿਊਜ਼ਲਸ ਹੈਗੀਆਂ ਨੇ ਜੇ, ਤੇ ਐਵਰੀ ਰਿਫਿਊਜ਼ਲ ਹੈਜ਼ ਸਮਥਿੰਗ ਲਾਈਕ ਵੀ ਕੈਨ ਡੂ ਇਟ ਵਿਦ, ਮੇਰੇ ਖਿਆਲ ਵਿੱਚ ਹਰ ਇੱਕ ਚੀਜ਼ ਦਾ ਹੱਲ ਹੈ ਜੇ ਅਗਰ ਉਹਨੂੰ ਸਿਸਟਮ ਨਾਲ ਕੀਤਾ ਜਾਵੇ। ਬੇਸ਼ੱਕ ਉਹਨੇ ਸਭ ਤੋਂ ਪਹਿਲਾਂ ਆਪਣੇ ਵੀਜ਼ਾ ਰਿਫਿਊਜ਼ਲ ਲਈ ਚਾਹੇ ਕੋਈ ਬਲੰਡਰ ਹੀ ਕਿਉਂ ਨਾ ਕੀਤਾ ਹੋਵੇ, ਬਟ ਵੀ ਹੈਵ ਸੋਲੂਸ਼ਨ ਫੋਰ ਐਵਰੀ ਟਾਈਪ ਆਫ ਰਿਫਿਊਜ਼ਲ ਐਕਸੈਪਟ ਮਿਸਰੈਪ੍ਰੈਜੈਂਟੇਸ਼ਨ। ਉਹ ਵੀ 30 ਡੇਜ਼ ਦਾ ਜਿਹੜਾ ਤੁਸੀਂ ਕਹਿ ਰਹੇ ਹੋ ਇੱਕ ਟਾਈਮ ਫਰੇਮ ਹੈਗਾ ਤੁਹਾਡੇ ਕੋਲ, ਉਹਦੇ ਵਿੱਚ ਚੈੱਕ ਕੀਤਾ ਜਾ ਸਕਦਾ ਹੈ ਕਿ ਦਿਸ ਕੈਨ ਬੀ ਬ੍ਰੇਕ ਔਰ ਜਾਂ ਇਹ ਬੈਨ ਇੱਦਾਂ ਹੀ ਕੰਟੀਨਿਊ ਰਹੇਗਾ। ਸੋ ਆਈ ਹੋਪ ਕਿ ਜਿੰਨੇ ਵੀ ਦਰਸ਼ਕ ਦੇਖ ਰਹੇ ਨੇ ਉਹ ਇਸ ਵਾਰ ਕੁਛ ਸਮਝਣਗੇ, ਕੁਛ ਸਿੱਖਣਗੇ ਕਿ ਸਿੱਧੀ ਐਪਲੀਕੇਸ਼ਨ ਫਾਈਲ ਨਾ ਕਰਕੇ, ਗੁਰਬਾਣੀ ਵਿੱਚ ਵੀ ਸ਼ਾਇਦ ਆਪਾਂ ਰੋਜ਼ ਆਸਾ ਜੀ ਦੀ ਵਾਰ ਵਿੱਚ ਸੁਣਦੇ ਹਾਂ ਕਿ ਆਪਣੇ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ ਨਾ। ਐਂਡ ਦੇਰ ਇਜ਼ ਅਨਦਰ ਥਿੰਗ, ਪਹਿਲਾਂ ਵਸਤ ਪਛਾਣੀਏ ਫਿਰ ਕੀਜੇ ਵਪਾਰ। ਲੋਕ ਸ਼ਾਇਦ ਓਪਨ ਵਰਕ ਪਰਮਿਟ ਨੂੰ ਜਾਂ ਸਪਾਊਸ ਵੀਜ਼ੇ ਨੂੰ ਸਮਝਦੇ ਨਹੀਂ ਹੈਗੇ। ਗੁਰੂ ਸਾਹਿਬ ਨੇ ਵੀ ਗੱਲ ਕਹੀ ਹੈ ਕਿ ਪਹਿਲਾਂ ਵਸਤ ਨੂੰ ਪਛਾਣੋ ਤੇ ਫਿਰ ਉਹਦਾ ਵਪਾਰ ਕੀਤਾ ਜਾਵੇ। ਯੂ ਆਰ ਗੋਇੰਗ ਟੂ ਅਪਲਾਈ ਫੋਰ ਵੀਜ਼ਾ, ਉਹ ਇੱਕ ਵੀਜ਼ਾ ਇੱਕ ਤੁਹਾਡਾ ਇੱਕ ਮੇਜਰ ਕੌਜ਼ ਹੈ, ਤੁਸੀਂ ਨੈਕਸਟ ਲਾਈਫ ਸਟਾਰਟ ਕਰਨੀ ਹੈ ਅੱਗੇ ਜਾ ਕੇ। ਜੇ ਤੁਸੀਂ ਉਹਨੂੰ ਸੋਚੋਗੇ ਨੀ, ਸਮਝੋਗੇ ਨੀ ਕਿਸ ਤਰੀਕੇ ਨਾਲ ਅਪਲਾਈ ਕਰਨਾ ਹੈ, ਕਿਹੜੇ ਡਾਕੂਮੈਂਟਸ ਲੱਗਣੇ ਹੈ, ਐਂਡ ਅੱਖਾਂ ਬੰਦ ਕਰਕੇ ਕੁਛ ਡਾਕੂਮੈਂਟਸ ਦੇ ਜਾਓਗੇ ਕਿਸੇ ਨੂੰ, ਕੁਛ ਡਾਕੂਮੈਂਟਸ ਨਹੀਂ ਦੇਓਗੇ ਟੂ ਦਾ ਏਜੰਟ, ਦੈਨ ਯੂਰ ਵੀਜ਼ਾ ਵਿਲ ਬੀ ਰਿਫਿਊਜ਼ਡ ਓਨਲੀ। ਐਂਡ ਮੈਂ ਦੇਖ ਰਿਹਾ ਕਿ ਕੁਛ ਦਰਸ਼ਕ ਜਿਹੜੇ ਨੇ, ਕੁਛ ਆਲਰੇਡੀ ਕੇਸਿਸ ਮੇਰੇ ਕੋਲ ਜਿਹੜੇ ਰੂਬਰੂ ਹੋ ਚੁੱਕੇ ਨੇ, ਉਹ ਇੱਕ ਵਾਰੀ ਨੀ, ਦੋ ਵਾਰੀ ਨੀ, ਤਿੰਨ ਵਾਰੀ, ਚਾਰ ਚਾਰ ਵਾਰੀ ਰਿਫਿਊਜ਼ਲਸ ਆਏ ਹੋਏ ਨੇ। ਸਟਿਲ ਦੇ ਆਰ ਵੈਰੀ ਮਚ ਲੱਕੀ ਕਿ ਉਹਨਾਂ ਦਾ ਮਿਸਐਪ ਕਰਕੇ ਬੈਨ ਨਹੀਂ ਲੱਗਿਆ। ਸਟਿਲ ਦੇ ਗੋਟ 4 ਰਿਫਿਊਜ਼ਲਸ। ਇਸ ਤੋਂ ਪਹਿਲਾਂ ਕਿ ਉਹਨਾਂ ਦਾ ਬੈਨ ਲੱਗੇ, ਦੇ ਮਸਟ ਨੋ ਹਾਊ ਟੂ ਫਾਈਲ ਦਾ ਕੇਸ। ਜੇ ਕੋਈ ਵੀ ਕਲਾਇੰਟ ਮੇਰੇ ਕੋਲ ਆਉਂਦਾ ਹੈ ਤਾਂ ਮੈਂ ਸਭ ਤੋਂ ਪਹਿਲਾਂ ਚੈੱਕਲਿਸਟ ਬਾਰੇ ਉਹਨਾਂ ਨਾਲ ਗੱਲ ਕਰਦਾ। ਚੈੱਕਲਿਸਟ ਜਾਣ ਕੇ, ਚੈੱਕਲਿਸਟ ਕੰਪਲੀਟ ਹੋਣ ਤੋਂ ਬਾਅਦ, ਫਾਈਲ ਜਿਹੜੀ ਹੈ ਉਹਨੂੰ ਚੰਗੀ ਤਰੀਕੇ ਨਾਲ ਪ੍ਰਿਪੇਅਰ ਕਰਨ ਤੋਂ ਬਾਅਦ ਹੀ ਅਸੀਂ ਕੇਸ ਫਾਈਲ ਕਰਦੇ ਹਾਂ। ਵੀ ਆਰ ਨੋਟ ਇਨ ਐਨੀ ਹਰੀ ਕਿ ਤੁਸੀਂ ਆਪਣੇ 4 ਡਾਕੂਮੈਂਟਸ ਲਿਆਓ, ਅਸੀਂ ਤੁਹਾਡਾ ਕੇਸ ਲਗਾ ਦਈਏ, ਐਂਡ 20-28 ਡੇਜ਼ ਦੀ ਵੇਟ ਕਰੀਏ ਕਿ ਕਦੋਂ ਖਤਮ ਹੋਣਗੇ ਤੇ ਆਪਾਂ ਨੂੰ ਵੀਜ਼ਾ ਮਿਲੇ, ਜਾਂ 45 ਡੇਜ਼ ਦੀ ਵੇਟ ਕਰੀਏ। ਸੋ ਜਿੰਨੀ ਆਸਾਨੀ ਨਾਲ ਤੁਹਾਡਾ ਕੇਸ ਲੱਗੇਗਾ, ਅਗਰ ਤੁਹਾਡੇ ਡਾਕੂਮੈਂਟਸ ਪੂਰੇ ਨੇ, ਉਹਨਾਂ ਹੀ ਤੁਹਾਡੇ ਕੇਸ ਲਈ ਚੰਗੀ ਗੱਲ ਹੈ। ਦਿਸ ਇਜ਼ ਵਾਟ ਆਈ ਵੁੱਡ ਲਾਈਕ ਟੂ ਟੈਲ ਐਵਰੀਵਨ। ਸੋ ਆਪਣੀ ਚੀਜ਼ਾਂ ਨੂੰ ਪਛਾਣੋ, ਆਪਣੇ ਕੇਸ ਨੂੰ ਪਛਾਣੋ, ਆਪਣੇ ਡਾਕੂਮੈਂਟਸ ਨੂੰ ਦੇਖੋ, ਤੇ ਜਿੰਨੀ ਜੈਨੂਇਨਿਟੀ ਨਾਲ ਤੁਸੀਂ ਆਪਣਾ ਕੰਮ ਕਰੋਗੇ, ਉਨਾ ਹੀ ਤੁਹਾਨੂੰ ਈਜ਼ੀ ਵੀਜ਼ਾ ਮਿਲ ਜਾਏਗਾ ਮੇਰੇ ਖਿਆਲ ਵਿੱਚ, ਸ਼ਾਇਦ ਇੰਟਰਵਿਊ ਵੀ ਨਾ ਆਵੇ। ਠੀਕ ਹੈ, ਓਕੇ, ਥੈਂਕ ਯੂ ਵੈਰੀ ਮਚ ਫੋਰ ਯੋਰ ਟੁਡੇਜ਼ ਕੰਟਰੀਬਿਊਸ਼ਨ। ਤੇ ਮੈਰਿਜ ਫਰਾਡ ਲਈ ਬਚਣ ਲਈ 5 ਡਾਕੂਮੈਂਟਸ ਆਈ ਜਸਟ ਕੁਡ ਰਿਪੀਟ ਵਨ ਮੋਰ ਟਾਈਮ। ਉਹਨਾਂ 'ਤੇ ਪਾਸਪੋਰਟ ਜ਼ਰੂਰ ਲਿਓ ਪਲੀਜ਼, ਇਮੀਗ੍ਰੇਸ਼ਨ ਆਈ ਡੀ ਲਓ, ਸਿਨ ਨੰਬਰ ਜਾਂ ਡਰਾਈਵਰ ਲਾਇਸੈਂਸ ਜਾਂ ਆਈ ਡੀ ਪ੍ਰੋਵਿੰਸ ਦੀ ਹੈ ਉਹ ਜ਼ਰੂਰ ਲਓ,
ਕ੍ਰੈਡਿਟ ਰਿਪੋਰਟ ਜ਼ਰੂਰ, ਹੋ ਸਕਦਾ ਕੋਈ ਨਾ ਦੇ ਲੇਕਿਨ ਜ਼ਰੂਰ ਪੁੱਛੋ ਭਾਈ, ਕ੍ਰੈਡਿਟ ਰਿਪੋਰਟ ਕਢਵਾ ਕੇ ਦਿਓ। ਅਤੇ ਪੰਜਵਾਂ ਹੈ ਜੇਕਰ ਪੁਰਾਣਾ ਅਗਰ ਮੈਰਿਜ ਹੋਈ ਹੈ ਤਾਂ ਉਹਦਾ ਡਿਵੋਰਸ ਸਰਟੀਫਿਕੇਟ ਜ਼ਰੂਰ ਦਿਓ ਪਲੀਜ਼। ਅਗਰ ਜੇ ਤੁਸੀਂ ਇਹ ਪੰਜ ਡਾਕੂਮੈਂਟ ਤੁਸੀਂ ਸਿਰਫ ਮੰਗ ਹੀ ਲਓਗੇ ਭਾਵੇਂ ਉਹਨਾਂ ਨੇ ਦੇਣਾ ਨਹੀਂ, ਲੇਕਿਨ ਐਟਲੀਸਟ ਅਗਲੇ ਨੂੰ ਪਤਾ ਲੱਗ ਜਾਏਗਾ ਕਿ ਵੀ ਇਹ ਬੰਦੇ ਹੁਸ਼ਿਆਰ ਨੇ, ਇਹਨਾਂ ਨੂੰ ਪਤਾ ਹੈ ਕਿਹੜੇ, ਅਸੀਂ ਇਹਨਾਂ ਤੋਂ ਬੇਵਕੂਫ ਈਜ਼ਲੀ ਬਣਾ ਨਹੀਂ ਸਕਦੇ, ਐਟਲੀਸਟ ਦੇ ਵਿਲ ਕੰਟੀਨਿਊ। ਥੈਂਕ ਯੂ ਵੈਰੀ ਮੱਚ ਫੋਰ ਯੋਰ ਟਾਈਮ, ਅਤੇ ਐਜ਼ ਯੂਜੁਅਲ ਕਮੈਂਟ ਜ਼ਰੂਰ ਕਰੋ, ਆਈ ਆਲਵੇਜ਼ ਰੀਡ ਦਾ ਕਮੈਂਟ, ਸਮਟਾਈਮਸ ਆਈ ਡੋਂਟ ਹੈਵ ਟਾਈਮ ਬਟ ਮੈਂ ਪੜ੍ਹਦਾ ਜ਼ਰੂਰ ਹੈ, ਹਰ ਇੱਕ ਬੰਦਾ ਜੋ ਲਿਖ ਰਿਹਾ ਮੈਂ ਪੜ੍ਹਦਾ ਜ਼ਰੂਰ ਹੈ। ਅਤੇ ਥੈਂਕ ਯੂ ਵੈਰੀ ਮੱਚ ਫੋਰ ਯੋਰ ਟਾਈਮ ਐਂਡ ਟੇਕ ਕੇਅਰ। ਠੀਕ ਹੈ ਜੀ, ਥੈਂਕ ਯੂ, ਥੈਂਕ ਯੂ ਸਰ, ਬਾਏ ਬਾਏ।